झूठी देखी प्रीत जगत में झूठी देखी प्रीत जगत अपने ही सुख से सब लागे अपने ही सुख से सब लागे सरदार जरनैल सिंह जी तिन्हां दी धर्म पत्नी माता रजिंदर कौर उन्हां दीआं बेटियां दमाद समूह रिश्तेदार इकत्र हो के सतगुरां दा आसरा लिया जदों कोई अपने नालों विछड़ जांदा है अपने कोल उन्हां दीआं यादां रह जांदियां जो दिन बिताए हुंदे ने किसे ने ओह यादां रह जांदियां फिर उन्हां दी याद विच आपां बाणी पढ़दे हां अरदास करदे हां कि सच्चे पातशाह उन्हां नूं अपने चरण कमलां दा निवास बख्शना रब दे हुकम विच रहना है भाणा मनना भाणा मनदा होया परिवार अज जिनी नाम ते आया गए मसकत नानक ते मुख उजले के ती छुट्टी नाल तू ठाकुर तू एक ओंकार वाहेगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमरकै गुरु नानक लई ध्याए फिर अंगद गुर ते अमरदास रामदासै होए सहाए ना को रहै रंग ना तंग फकीर वारी आपो अपनी कोय ना बंदै धीर दे महावाक अनुसार अकाल चलाना करके सन उन्हां दी आत्मक शांति वास्ते उन्हां दे सारे ही परिवार वल्लों रखे हुए पाठ दे भोग पए उपरंत खुले पंडालां विच दीवान सजे धुरकी बाणी दे कीर्तन गुरमत विचारां होईआं सेवा निभाउंदिआं
ਗੁਰਬਾਣੀ ਪੜ੍ਹਦਿਆਂ ਸੁਣਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਬਖਸ਼ ਲੈਣਾ ਜੇ ਸੋਨਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਨ ਕੀ ਧੂਰ ਦਿਆ ਕਿਰਪਾ ਨਿਦ ਨਾਨਕ ਕੈ ਸੁਖ ਹੈ। ਜਨ ਕੀ ਧੂਰ ਦਿਆ ਕਿਰਪਾ ਨਿਦ ਨਾਨਕ ਕੈ ਸੁਖ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਧੂ ਐਸੇ ਸ਼ਖਸ ਸਨ ਇਸ ਇਲਾਕੇ ਦੇ ਕਿ ਹਰ ਦੁੱਖ ਸੁੱਖ ਵਿੱਚ ਸ਼ਾਮਿਲ ਹੋਣਾ, ਸਾਰਿਆਂ ਨਾਲ ਦੁੱਖ ਸੁੱਖ ਵੰਡਾਉਣੇ, ਹਰ ਘਰ ਵਿੱਚ ਜਾਣਾ, ਆਪਣੀ ਡਿਊਟੀ ਦੇ ਮੁਤਾਬਕ ਵੀ ਉਹਨਾਂ ਨੇ ਜੋ ਸਰਕਾਰੀ ਨੌਕਰੀ ਨਿਭਾਈ। ਆਪ ਸਭ ਨੂੰ ਪਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਕੁਛ ਦਿਨ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜੈਨ ਸਿੰਘ ਜਿਹੜੇ ਹਿਮਾਚਲ ਦੇ ਵਿੱਚ ਇੰਜੀਨੀਅਰ ਰਹੇ ਹੈ ਇਲੈਕਟ੍ਰਿਸਿਟੀ ਦੇ, ਉਹ ਸਾਤੋਂ ਪੁੱਛਣਗੇ। ਅਗਰ ਅਸੀਂ ਪਿਛੋਕੜ ਵੱਲ ਧਿਆਨ ਮਾਰੀਏ ਤਾਂ ਉਹਨਾਂ ਦਾ ਜਨਮ ਜਿਹੜਾ ਹੈ ਇੱਕ ਸਧਾਰਨ ਕਿਸਾਨ ਪਰਖਾਲੀ ਦੇ ਵਿੱਚ ਹੋਇਆ ਸੀ। ਅੱਜ ਸਰਦਾਰ ਜਰਨੈਲ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਸਾਰੀ ਸੰਗਤ, ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਜਿਵੇਂ ਤੁਹਾਨੂੰ ਹੁਣੇ ਹੁਣੇ ਮਾਸਟਰ ਰਤਨ ਸਿੰਘ ਜੀ ਨੇ ਸਰਦਾਰ ਜਰਨੈਲ ਸਿੰਘ ਜੀ ਜੀਵਨ ਬਾਰੇ ਦੱਸਿਆ ਹੈ, ਉਹ ਵਾਕਿਆ ਮੈਂ ਇੱਕ ਚਾਨਣ ਮਰਾਰੇ ਸਨ ਇਸ ਇਲਾਕੇ ਦੇ ਵਾਸਤੇ। ਜਦੋਂ ਉਹਨਾਂ ਨੇ ਪੜ੍ਹਾਈ ਕੀਤੀ ਹੈ ਬੜਾ ਔਖਾ ਸਮਾਂ ਸੀ, ਕਿਸ ਤਰੀਕੇ ਦੇ ਨਾਲ ਇੱਥੋਂ ਮੀਆਂਪੁਰ ਅਤੇ ਜਾਂ ਰਣਜੀਤਪੁਰ ਤੱਕ ਪੈਦਲ ਜਾ ਕੇ ਅੱਗੇ ਸਕੂਲਾਂ ਕਾਲਜਾਂ ਨੂੰ ਨਸਾਂ ਵਿੱਚ ਜਾਣਾ ਪੈਂਦਾ ਸੀ। ਉਹਨਾਂ ਨੇ ਆਪਣੀ ਆਪ ਜੀ ਨੂੰ ਪਤਾ ਹੀ ਹੈ ਅੱਜ ਅਸੀਂ ਉਸ ਮਹਾਨ ਸ਼ਖਸੀਅਤ ਜਿਹੜੀ ਕਿ ਸਾਨੂੰ ਪਿਛਲੇ ਦਿਨੀ ਵਿਛੋੜਾ ਦੇ ਗਈ ਉਹਨਾਂ ਦੇ ਪਰਥਾਏ ਅੱਜ ਦਾ ਸਮਾਗਮ ਹੋਇਆ। ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਸਰਦਾਰ ਜਰਨੈਲ ਸਿੰਘ ਦੇ ਜਾਣ ਤੇ ਇਲਾਕੇ ਨੂੰ ਪਰਿਵਾਰ ਨੂੰ ਇੰਨਾ ਵੱਡਾ ਦੁੱਖ ਹੋ ਗਿਆ, ਐਡਾ ਵੱਡਾ ਸਾਨੂੰ ਇੱਕ ਵਿਛੋੜਾ ਲੱਗ ਗਿਆ ਕਿ ਅਸੀਂ ਇਤਨੀ ਬੜੀ ਸ਼ਖਸੀਅਤੋਂ ਕੇ ਆ ਗਏ। ਮੇਰਾ ਬੋਲਣਾ ਬੜਾ ਮੁਸ਼ਕਲ, ਬੜੇ ਬੜੇ ਗਿਆਨੀ ਆਏ ਹੋਏ ਹੈ, ਬੜੇ ਬੜੇ ਐਜੂਕੇਟਡ ਆਦਮੀ ਆਏ ਹੋਏ ਹੈ, ਗਿਆਨ ਦਾਨ ਕਰਨ ਵਾਲੇ ਆਏ ਹੋਏ ਹੈ, ਲੇਕਿਨ ਮੈਂ ਜ਼ਰੂਰ ਬੋਲੂੰਗਾ ਕਿ ਸਰਦਾਰ ਜਰਨੈਲ ਸਿੰਘ ਜੀ ਕਿਆ ਥੇ, ਉਹਨੇ ਹਿਮਾਚਲ ਮੇ 50 ਸਾਲ ਜੀਤੀ। ਪਵਿੱਤਰ ਪਾਵਨ ਗੋਦ ਦੇ ਵਿੱਚ ਸਾਰੀਆਂ ਵਿਰਾਜਮਾਨ ਸਾਧ ਸੰਗਤ ਜੀਵ, ਗੁਰਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਅੱਜ ਅਸੀਂ ਇਸੇ ਤੇ ਜਰਨੈਲ ਸਿੰਘ ਹੋਣੀ ਤੁਹਾਡਾ ਮੂਹਰਾ ਆਪਣੀ ਵਿਛਾਪ ਰੱਖਣਾ ਛੱਡ ਚੁੱਕੇ ਹੈ। ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
मन मूरख अज हुने समझल मन मूरख अज हुने समझल सिख से
ਸਰਦਾਰ ਜਰਨੈਲ ਸਿੰਘ ਜੀ ਸਿੱਧੂ ਇੰਜੀਨੀਅਰ ਜੋ ਕਿ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਰੱਖੇ ਹੋਏ ਪਾਠ ਦੇ ਭੋਗ ਪਏ ਨੇ ਉਪਰੰਤ ਸਰਦਾਰ ਜਰਨੈਲ ਸਿੰਘ ਜੀ ਤਿੰਨਾਂ ਦੀ ਧਰਮ ਪਤਨੀ ਮਾਤਾ ਰਜਿੰਦਰ ਕੌਰ ਉਹਨਾਂ ਦੀਆਂ ਬੇਟੀਆਂ ਦਮਾਦ ਸਮੂਹ ਰਿਸ਼ਤੇਦਾਰ ਇਕੱਠਰ ਹੋ ਕੇ ਸਤਿਗੁਰਾਂ ਦਾ ਆਸਰਾ ਲਿਆ ਜਦੋਂ ਕੋਈ ਆਪਣੇ ਨਾਲੋਂ ਵਿਛੜ ਜਾਂਦਾ ਹੈ ਤੇ ਆਪਣੇ ਕੋਲ ਉਹਨਾਂ ਦੀਆਂ ਯਾਦਾਂ ਰਹਿ ਜਾਂਦੀਆਂ ਜੋ ਦਿਨ ਬਿਤਾਏ ਹੁੰਦੇ ਨੇ ਕਿਸੇ ਨੇ ਉਹ ਯਾਦਾਂ ਰਹਿ ਜਾਂਦੀਆਂ ਫਿਰ ਉਹਨਾਂ ਦੀ ਯਾਦ ਵਿੱਚ ਆਪਾਂ ਬਾਣੀ ਪੜ੍ਹਦੇ ਹਾਂ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨ ਕਮਲਾਂ ਦਾ ਨਿਵਾਸ ਬਖਸ਼ਣਾ ਰੱਬ ਦੇ ਹੁਕਮ ਵਿੱਚ ਰਹਿਣਾ ਭਾਣਾ ਮੰਨਣਾ ਭਾਣਾ ਮੰਨਦਾ ਹੋਇਆ ਪਰਿਵਾਰ ਅੱਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਸਾਰੇ ਤੁਸੀਂ ਇਕੱਤਰ ਹੋਏ ਹੋ ਆਓ ਸਤਿਗੁਰੂ ਪੰਚਮ ਪਿਤਾ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਦਾ ਇਹ ਸ਼ਬਦ ਹੈ ਉਚਾਰਨ ਕੀਤਾ ਹੋਇਆ ਜਿਨ੍ਹਾਂ ਨੇ ਖੁਦ ਭਾਣਾ ਮੰਨਿਆ ਤੱਤੀਆਂ ਤਵੀਆਂ ਤੇ ਬੈਠ ਕੇ ਆਖਿਆ ਸੀ ਤੇਰਾ ਕੀਆ ਮਿੱਠਾ ਲੱਗਾ ਸਿੰਘ ਰਾਣਾ ਸ਼ਰਧਾ ਦੇ ਫੁੱਲ ਪੇਟਾ ਕਰੀਏ ਮਿੱਠਾ ਲੱਗਿਆ ਦਇਆ ਕਰੋ
ਸਤਿਕਾਰ ਯੋਗ ਧਰਮ ਪਤਨੀ ਮਾਤਾ ਰਜਿੰਦਰ ਕੌਰ ਜੀ, ਉਹਨਾਂ ਦੀ ਬੇਟੀ ਡਾਕਟਰ ਮਨਦੀਪ ਕੌਰ ਅਮਰੀਕਾ, ਅਤੇ ਡਾਕਟਰ ਹਰਜਿੰਦਰ ਸਿੰਘ ਜੀ ਅਮਰੀਕਾ ਦਮਾਦ, ਉਹਨਾਂ ਦੀ ਦੂਜੀ ਸਪੁੱਤਰੀ ਬੀਬੀ ਸੰਦੀਪ ਕੌਰ ਗਰੇਵਾਲ ਅਤੇ ਦਮਾਦ ਸਰਦਾਰ ਗੁਰਪ੍ਰੀਤ ਸਿੰਘ ਜੀ, ਇੰਜੀਨੀਅਰ ਮਕੈਨੀਕਲ MBA ਜੋ ਸਾਡੇ ਬੜੇ ਪਿਆਰੇ ਮਿੱਤਰ ਨੇ, ਸਾਰਾ ਪਰਿਵਾਰ, ਇਲਾਕੇ ਦੀ ਸਮੂਹ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰ ਹੋਏ ਹੋ। ਕਰੀਬ ਕਰੀਬ ਇੱਕ ਘੰਟਾ 15 ਮਿੰਟ ਸਵਾ ਘੰਟਾ ਕੀਰਤਨ ਦੀ ਸੇਵਾ ਮਹਾਰਾਜ ਦੀ ਹਾਜ਼ਰੀ ਵਿੱਚ ਹੋਈ ਹੈ, ਸਰਵਣ ਕੀਤਾ ਆਪ ਜੀ ਨੇ ਗੁਰੂ ਕੀ ਬਾਣੀ ਦਾ ਕੀਰਤਨ। ਇਹ ਜਿਹੜਾ ਪਰਿਵਾਰ ਹੈ, ਇਹ ਬਾਣੀ ਨਾਲ ਜੁੜਿਆ ਪਰਿਵਾਰ ਹੈ, ਅਤੇ ਨਾਲ ਹੀ ਸਾਡੇ ਸਤਿਕਾਰਯੋਗ ਜੋ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਜਾ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਨੇ, ਸੰਗਤਾਂ ਨੂੰ ਸਿੱਖੀ ਨਾਲ ਜੋੜ ਰਹੇ ਨੇ, ਜ਼ਿਲ੍ਹਾ ਫਾਜ਼ਿਲਕਾ ਪਿੰਡ ਚੱਕ ਪੱਖੀ ਤੋਂ ਸੰਤ ਬਾਬਾ ਰੇਸ਼ਮ ਸਿੰਘ ਜੀ ਮਹਾਂਪੁਰਖ, ਜੋ ਸੰਗਤ ਪਹੁੰਚੀ ਹੈ, ਔਰ ਬਦੋਵਾਲ ਜਿਹੜਾ ਗੁਰੂ ਘਰ ਹੈ ਮਹਾਂਪੁਰਸ਼ਾਂ ਨੇ ਬਣਵਾਇਆ ਹੈ, ਉਹਦਾ ਪ੍ਰਬੰਧ ਵੀ ਜਿਹੜਾ ਸਰਦਾਰ ਜਰਨੈਲ ਸਿੰਘ ਜੀ ਸਿੱਧੂ ਉਹਨਾਂ ਦੇ ਦਿਮਾਗ ਸਰਦਾਰ ਗੁਰਪ੍ਰੀਤ ਸਿੰਘ ਜੀ ਸੰਭਾਲ ਰਹੇ ਨੇ। ਜਿੱਥੇ ਵੀ ਸਮਾਗਮ ਹੁੰਦਾ ਹੈ, ਇਹ ਜਿੰਨੀਆਂ ਸੰਗਤਾਂ ਲੁਧਿਆਣੇ ਤੋਂ ਪਹੁੰਚੀਆਂ ਬਦੋਵਾਲ ਤੋਂ, ਅਤੇ ਦਾਸ ਅਤੇ ਸਰਦਾਰ ਗੁਰਪ੍ਰੀਤ ਸਿੰਘ ਜੀ ਦਾ ਪਰਿਵਾਰ, ਸਾਰੇ ਅਸੀਂ ਇਕੱਠੇ ਹੁੰਦੇ, ਕਿਉਂਕਿ ਥਾਂ ਪਰ ਥਾਂ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰਨਾ ਅੱਜ ਜ਼ਰੂਰੀ ਹੈ। ਸੰਤ ਬਾਬਾ ਰੇਸ਼ਮ ਸਿੰਘ ਜੀ ਜਿੱਥੇ ਦੇਸ਼ਾਂ ਵਿੱਚ ਵੀ ਪ੍ਰਚਾਰ ਕਰਦੇ ਨੇ, ਵਿਦੇਸ਼ਾਂ ਵਿੱਚ ਜਾ ਕੇ ਵੀ ਪ੍ਰਚਾਰ ਕਰ ਰਹੇ ਨੇ, ਜਦੋਂ ਉੱਥੋਂ ਕਿ ਬਾਬਿਓ ਪਤਾ ਸਾਨੂੰ ਜਿਹੜਾ ਤੁਸੀਂ ਪ੍ਰਚਾਰ ਕਰਦੇ ਹੋ, ਬਾਬਾ ਜੀ ਪਹੁੰਚ ਚੁੱਕੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਉਹਨਾਂ ਦੇ ਆਉਣ ਤੇ ਆਪਾਂ ਚੜ੍ਹਦੀਆਂ ਕਲਾਂ ਦਾ ਜੈਕਾਰਾ ਛੱਡੀਏ। ਬੋਲੇ ਸੋਨਿਹਾ ਮੈਂ ਵਚਨ ਸਾਂਝੇ ਕਰ ਰਿਹਾ ਸੀ ਕਿ ਸੰਤ ਬਾਬਾ ਰੇਸ਼ਮ ਸਿੰਘ ਜੀ ਜਦੋਂ ਕੈਨੇਡਾ ਦੀ ਧਰਤੀ ਤੇ ਗਏ ਨਾ,
ਤੇ ਉੱਥੋਂ ਦੇ ਜਿਹੜੇ ਪ੍ਰਚਾਰਕ ਸੀ ਪ੍ਰਬੰਧਕ ਸੀ ਨਾ ਜਿਹੜੇ ਗੁਰੂ ਘਰ ਦੇ ਉਹ ਕਹਿੰਦੇ ਬਾਬੇ ਉਹ ਸਾਨੂੰ ਪਤਾ ਹੈ ਕੌਣ ਪ੍ਰਚਾਰ ਕਰਦਾ ਸਭ ਡਾਲਰਾਂ ਪਿੱਛੇ ਆਉਂਦੇ ਨੇ ਬਾਬਾ ਜੀ ਕਹਿੰਦੇ ਕੋਈ ਨੀ ਅਸੀਂ ਇੱਥੇ ਰਹਿਣਾ ਮਹੀਨਾ ਪਤਾ ਲੱਗ ਜੂਗਾ ਵੀ ਤੁਸੀਂ ਡਾਲਰਾਂ ਪਿੱਛੇ ਗੁਰਦੁਆਰੇ ਬਣਾਏ ਨੇ ਕਿ ਅਸੀਂ ਡਾਲਰਾਂ ਪਿੱਛੇ ਆਏ ਲੱਗ ਜੂ ਪਰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਆਏ ਕਿ ਰਾਗੀ ਜਥਾ ਵੀ ਉਹਨਾਂ ਦੇ ਨਾਲ ਹੁੰਦਾ ਪਹਿਲਾਂ 10 ਸਾਲ ਦਾਸ ਨੇ ਸੰਤ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਉਹਨਾਂ ਦੇ ਨਾਲ ਸੇਵਾ ਨਿਭਾਈ ਉਹ ਸੱਚਖੰਡ ਵਾਸੀ ਹੋਏ 92 ਸਾਲ ਦੀ ਉਮਰ ਵਿੱਚ ਉਸ ਤੋਂ ਬਾਅਦ ਅੱਜ ਇਹਨਾਂ ਨੇ ਹੁਕਮ ਕੀਤਾ ਕਿ ਤੁਸੀਂ ਪਹੁੰਚਣ ਇੱਥੋਂ ਘੱਟ ਤੋਂ ਘੱਟ 300 ਕਿਲੋਮੀਟਰ ਦੂਰ ਹੈ ਫਾਜ਼ਿਲਕਾ ਜਿੱਥੋਂ ਇਹ ਸੰਗਤਾਂ ਤੇ ਦਾਸ ਚੱਲ ਕੇ ਆਇਆ ਕੇਵਲ ਤੇ ਕੇਵਲ ਇਸ ਕਰਕੇ ਕਿ ਮਹਾਂਪੁਰਖਾਂ ਦਾ ਹੁਕਮ ਹੈ ਪਰਿਵਾਰ ਦਾ ਹੁਕਮ ਹੈ ਗੁਰਬਾਣੀ ਦਾ ਕੀਰਤਨ ਹੋਇਆ ਦੇਸ਼ ਵਿੱਚ ਹੈ ਸੇਵਾਵਾਂ ਨਿਭਾ ਰਹੇ ਨੇ ਮਹਾਂਪੁਰਖਾਂ ਨਾਲ ਜੁੜੇ ਨੇ ਤੇ ਮਹਾਂਪੁਰਖ ਕਿਹਦੇ ਨਾਲ ਜੋੜਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੈਂ ਉਹਨਾਂ ਨੂੰ ਮਹਾਂਪੁਰਸ਼ ਨਹੀਂ ਮੰਨਦਾ ਜਿਹੜੇ ਆਪਣੇ ਚਰਨ ਘਟਾਉਣ ਤੇ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨਾ ਲੱਗਣ ਦੇ ਪਰ ਤੁਸੀਂ ਚੱਕ ਪੱਖੀ ਜਾ ਕੇ ਦੇਖੋ ਫਾਜ਼ਿਲਕਾ ਜ਼ਿਲ੍ਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਦੀਵਾਨ ਸਜਦਾ ਮੱਸਿਆ ਤੇ ਕੇਵਲ ਤੇ ਕੇਵਲ ਮਹਾਂਪੁਰਖ ਜਦੋਂ ਸੰਗਤ ਵਿੱਚ ਬਹਿ ਕੇ ਸੰਗਤ ਦੇ ਵਿੱਚ ਬੈਠ ਕੇ ਗੁਰਬਾਣੀ ਸੁਣਦੇ ਕਿਉਂ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਪੱਲੇ ਨਾਮ ਧੰਨ ਹੈ ਨਾ ਅਸਲੀ ਸ਼ਾਹ ਉਹ ਹੈ ਅਸਲੀ ਸੰਤ ਉਹ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਮਰਨਾ ਮੂਲੋਂ ਮਰਨਾ ਤੀ ਕਰਤਾਰੋਂ ਡਰਨਾ ਵੀ ਤੁਸੀਂ ਮੌਤ ਕੋਲੋਂ ਡਰਦੇ ਹੋ ਕਹਿਣ ਲੱਗੇ ਬਿਲਕੁਲ ਨਹੀਂ ਬਲਕਿ ਜਦੋਂ ਮੌਤ ਨੂੰ ਅਸੀਂ ਯਾਦ ਕਰਦੇ ਹਾਂ ਬੜਾ ਸਕੂਨ ਮਿਲਦਾ ਉਹਨਾਂ ਨੇ ਇੱਕ ਸ਼ਬਦ ਸ਼ਬਦ ਨਾਲ ਜੋੜਦੇ ਉਹਨਾਂ ਦੀ ਬੇਟੀ ਬੀਬੀ ਭਾਨੀ ਇੱਕ ਗੱਲ ਮੈਂ ਜ਼ਿਕਰ ਕਰਦੇ ਆ ਪਹਿਲਾਂ
जिनी नाम ते आया गए मसकत नानक ते मुख उजले केती छुट्टी नाल तू ठाकुर तू तुमरी ओंकार वाहिगुरु जी की फतेह। श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई ध्याए फिर अंगद गुर ते अमरदास रामदास होए सहाय साहब जी सब थाई होए सहाय दसां पातशाहियां दी जोत धन धन साहेब श्री गुरु ग्रंथ साहब जी दे पाठ दर्शन उपदेश जी का ध्यान करके खालसा जी बोलो जी। धर्म हेत शीस दिते बंद बंद कटाए खोपड़ियां लुहाइयां चरखड़ियां ते चढ़े तन आरिया नाल चराए गुरुद्वारियां दी सेवा लई कुर्बानियां कीतियां धर्म नहीं हारिया तिना प्यारिया सचियारिया सिंघां सिंघणियां दी पवित्र कमाई का ध्यान करके खालसा जी बोलो जी। वाहेगुरु की अरदास सरबत खालसा जी को वाहेगुरु 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 नाम चित आवे चित आवन का सदका सर्व सुख होवे जहां जहां खालसा जी साहब तहां तहां रचा रहा है देख देख फतेह बिरध के पैज पंथ के जीत खालसा जी के बोल बाले बोलो जी। वाहिगुरु जी सिखां नूं सिखी दान केस दान नाम दान अमृतसर साहिब जी दे दर्शन इशनान चौंकियां झंडे मुंगे जुगो जुग अटल धर्म का जयकार खालसा जी बोलो जी। वाहिगुरु जी सिखां दा मन नीवा मत उच्ची मत पत का राखा अकाल पुरख अंतर जामी हेन माणिया दे मान नितानिया देता न्योटे श्री गुरु ग्रंथ साहिब जीओ आप जी दे चरण कमला विच को रह रंग न तंग फकीर वारी आपो अपनी कोई ना बंदे धीर दे महावाक अनुसार अकाल चलाना करके सन उन्हां दी आत्मक शांति वास्ते उन्हां दे सारे ही परिवार वल्लों रखे हुए पाठ दे भोग पए उपरंत खुले पंडालां विच दीवान सजे ਧੁਰਕੀ ਬਾਣੀ ਦੇ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਸੇਵਾ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਬਖਸ਼ ਲੈਣਾ ਜੇ ਅੱਗੋਂ ਤੋਂ ਸਮਤ ਬਖਸ਼ਣੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਅ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਹਾਜ਼ਰੀਆਂ ਲੇਖੇ ਲਾਉਣੀਆਂ ਪਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਕਰੋਂ ਨਾਮ ਦਾਨ ਸਿੱਖੀ ਦਾਨ ਬਖਸ਼ਿਸ਼ ਕਰਨਾ ਜੇ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਜੋ ਸਕੇ ਸਤਨਾਮ ਵਾਹਿਗੁਰੂ 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 ਜਪੇ ਆਪ ਜੀ ਨੂੰ ਸੋਹਣੇ ਪਛਾਕੇ ਅਰਪਣ ਕੀਤੇ ਨੇ ਅੰਗੀਕਾਰ ਕਰਨੇ ਲੋਕ ਲੋਕ ਪੜਦੇ ਢੱਕਣੇ ਬੇਅੰਤ ਮਾਇਆ ਭੇਟਾ ਕੀਤੀ ਮਾਇਆ ਸਫਲੀ ਕਰਨੀ ਖਜ਼ਾਨੇ ਭਰਪੂਰ ਕਰਨੇ ਸਤਿਗੁਰ ਜੀਓ ਸਾਰੀਆਂ ਸੰਗਤਾਂ ਵੱਲੋਂ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਅਸੀਂ ਸੜੀਆਂ ਜੋ ਹੋਵੇ ਸਹਿਬ ਸਿਉ ਮੇਲ ਕਹਿਤ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਿਬੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ ਦੇ ਮਹਾਂਵਾਕ ਅਨੁਸਾਰ ਸਰਦਾਰ ਜਰਨੈਲ ਸਿੰਘ ਜੀ ਨੂੰ ਆਪਣੇ ਚਰਨ ਕਮਲਾਂ ਦਾ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਦਮ ਬਖਸ਼ਿਸ਼ ਕਰਨਾ ਸਤਿਗੁਰ ਜੀਓ ਮਹਾਂਪੁਰਸ਼ਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤ ਗੁਰਸਿੱਖੀ ਦਾ ਪ੍ਰਚਾਰ ਕਰਾਉਣਾ ਜੀ ਬਖਸ਼ੋ ਹੁਕਮਨਾਮੇ ਹੁਕਮਨਾਮਿਆਂ ਤੇ ਚੜ੍ਹਨ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲੋ
ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਭਈਆ ਕਾਲ ਗੁਰੂ ਗ੍ਰੰਥ ਜੀ ਮਾਨਿਆ ਜੋ ਪ੍ਰਭ ਕੋ ਮਿਲਬੋ ਚਹੈ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਾ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੀਮ ਦੇ ਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਜਿਹਾ ਚਿੜੀ ਲਿਖਿਆ ਵਾਹਿਗੁਰੂ ਸਾਹਿਬ ਜੀ ਧੰਨਾ ਸ੍ਰੀ ਮਹੱਲਾ ਪੰਜਵਾਂ ਜਾ ਕੋ ਹਰ ਰੰਗ ਲਾਗ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ ਜਾ ਕਾ ਸਤਿਗੁਰ ਪੂਰਾ ਜਾ ਕਾ ਹਰ ਰੰਗ ਲਾਗ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮਾ ਜਿਣੈ ਸਗਲ ਵਸ ਤਾਂ ਕੈ ਜਾ ਕਾ ਸਤਿਗੁਰ ਪੂਰਾ ਠਾਕਰ ਗਾਇਆ ਆਤਮਾ ਰੰਗ ਸਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਜਾ ਕੈ ਚਰਨ ਬਸ ਮੇਰਾ ਹੀਰਾ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹ ਕਿਰਪਾ ਨਿਦ ਨਾਨਕ ਕੈ ਸੁਖ ਹੈ ਜਨ ਕੀ ਧੂਰ ਦੇਹ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧੂ ਐਸੇ ਸ਼ਖਸ ਸਨ ਇਸ ਇਲਾਕੇ ਦੇ ਕਿ ਹਰ ਦੁੱਖ ਸੁੱਖ ਵਿੱਚ ਸ਼ਾਮਿਲ ਹੋਣਾ ਸਾਰਿਆਂ ਨਾਲ ਦੁੱਖ ਸੁੱਖ ਵੰਡਾਉਣੇ ਹਰ ਘਰ ਵਿੱਚ ਜਾਣਾ ਆਪਣੀ ਡਿਊਟੀ ਦੇ ਮੁਤਾਬਕ ਵੀ ਉਹਨਾਂ ਨੇ ਜੋ ਸਰਕਾਰੀ ਨੌਕਰੀ ਨਿਭਾਈ ਉਹਦੇ ਵਿੱਚ ਵੀ ਕੋਈ ਸ਼ਿਕਾਇਤ ਨਹੀਂ ਇੰਨਾ ਪਿਆਰ ਵੰਡਿਆ ਰਿਟਾਇਰਮੈਂਟ ਤੋਂ ਬਾਅਦ ਵੀ ਪਿਆਰ ਵੰਡਿਆ ਅਤੇ ਮੈਂ ਸਮਝਦਾ ਕਿ ਉਹਨਾਂ ਵਾਸਤੇ ਹੁਣ 10-12 ਮਿੰਟ 15 ਮਿੰਟ ਕੋਈ ਬਹੁਤੇ ਨਹੀਂ 15 ਮਿੰਟਾਂ ਤੱਕ ਗੁਰੂ ਕੀ ਦੇਗ ਵਰਤ ਜਾਣੀ ਹੈ ਉਹਨਾਂ ਦੀ ਬੇਟੀ ਮਨਦੀਪ ਕੌਰ ਅਮਰੀਕਾ ਡਾਕਟਰ ਹਰਜਿੰਦਰ ਸਿੰਘ ਜੀ ਉਹਨਾਂ ਦੇ ਪਤੀ ਅਮਰੀਕਾ ਇੱਧਰੋਂ ਛੋਟੀ ਬੇਟੀ ਉਹਨਾਂ ਦੀ ਸੰਦੀਪ ਕੌਰ ਗਰੇਵਾਲ ਅਤੇ ਗੁਰਪ੍ਰੀਤ ਸਿੰਘ ਗਰੇਵਾਲ ਸਾਰੇ ਸੁਸ਼ੋਭਿਤ ਨੇ ਕਿਸੇ ਕਾਰਨ ਵਿਦੇਸ਼ਾਂ ਵਿੱਚ ਆਉਣਾ ਬਹੁਤ ਮੁਸ਼ਕਲ ਆਪ ਜੀ ਨੂੰ ਪਤਾ ਹੀ ਰਜਿੰਦਰ ਸਿੰਘ ਜੀ ਉਹ ਉਹਨਾਂ ਦੇ ਦਿਮਾਗ ਵੱਡੇ ਨਹੀਂ ਪਹੁੰਚ ਸਕੇ ਪੱਗ ਦੀ ਜਿਹੜੀ ਰਸਮ ਹੈ ਉਹਨਾਂ ਦੀ ਥਾਂ 'ਤੇ ਸਰਦਾਰ ਗੁਰਪ੍ਰੀਤ ਸਿੰਘ ਨੂੰ ਹੋਏਗੀ ਮਹਾਂਪੁਰਸ਼ ਪੱਗ ਦੀ ਰਸਮ ਕਰਾਉਣਗੇ ਪਰ ਪਹਿਲਾਂ ਸ਼ਰਧਾ ਦੇ ਫੁੱਲ ਇੱਕ ਦੋ ਚਾਰ ਜਿਨ੍ਹਾਂ ਨੇ ਭੇਟਾ ਕਰਨੇ ਨੇ ਸਾਡੇ ਸਤਿਕਾਰਯੋਗ ਵੀਰ ਜੀ ਡਾਕਟਰ ਹਰਪ੍ਰੀਤ ਸਿੰਘ ਜੀ ਪੰਨੂ ਅੰਮ੍ਰਿਤਸਰ ਤੋਂ ਜਿਨ੍ਹਾਂ ਨੇ ਸਾਨੂੰ ਅੱਗੋਂ ਲੈ ਕੇ ਆਉਂਦਾ ਸਤਿਕਾਰ ਨਾਲ ਪਿਆਰ ਨਾਲ ਔਰ ਜਦੋਂ ਵੀ ਕੋਈ ਸਮਾਗਮ ਹੁੰਦਾ
ਇਹ ਦੂਰ ਦੂਰ ਤੋਂ ਕੋਨੇ ਕੋਨੇ ਤੋਂ ਸੰਗਤ ਰਾਜਸਥਾਨ ਹਰਿਆਣਾ ਲੇਹ ਲਦਾਖ ਵਿਦੇਸ਼ਾਂ ਵਿਦੇਸ਼ਾਂ ਤੋਂ ਦਿੱਲੀ ਸੰਗਤ ਸਾਰੀ ਇਕੱਠੀ ਹੁੰਦੀ ਕੇਵਲ ਸਾਰੇ ਸੇਵਾਦਾਰੇ ਪੱਕੇ ਸੇਵਾਦਾਰ ਨੇ ਕਿਹੜੀਆਂ ਕਿਹੜੀਆਂ ਡਿਊਟੀਆਂ ਗੁਰਮੁਖ ਸਮਾਗਮ ਵਿੱਚ ਸੰਭਾਲਣੀਆਂ ਹੁੰਦੀਆਂ ਉਹ ਸਾਰੇ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਖਾਸ ਧੰਨਵਾਦ ਕਰਦਾ ਅਤੇ ਸਰਦਾਰ ਜਨੈਲ ਸਿੰਘ ਜੀ ਸਿੱਧੂ ਉਹਨਾਂ ਦੀ ਧਰਮ ਪਤਨੀ ਸਾਡੇ ਮਾਤਾ ਜੀ ਰਜਿੰਦਰ ਕੌਰ ਜੀ ਜਿਨ੍ਹਾਂ ਵਾਸਤੇ ਅੱਜ ਬੜੀ ਦੁਖਦਾਈ ਘਟਨਾ ਹੈ ਔਰ ਇਸ ਦੁਖਦਾਈ ਘਟਨਾ ਦਾ ਜਿਹੜਾ ਦਾਰੂ ਹੈ ਇੱਕ ਹੀ ਹੈ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦਿਓ ਸੱਜਣੇ ਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ ਅਰਦਾਸ ਹੋ ਚੁੱਕੀ ਹੈ ਮੈਂ ਬੇਨਤੀ ਕਰਾਂ ਕੇਵਲ 2 ਮਿੰਟ ਸ਼੍ਰੀ ਰਤਨ ਸਿੰਘ ਜੀ ਉਹ ਸ਼ਰਧਾ ਦੇ ਫੁੱਲ ਭੇਟਾ ਕਰਨਗੇ ਅਗਲਾ ਨਾਮ ਹੈ ਜਿਹੜਾ ਕੈਪਟਨ ਮੁਲਤਾਨ ਸਿੰਘ ਜੀ ਉਹ ਸ਼ਰਧਾ ਦੇ ਫੁੱਲ ਭੇਟਾ ਕਰਨ ਵਾਸਤੇ ਤਿਆਰ ਰਹਿਣ ਇਹਨਾਂ ਦਾ ਪਿਆਰ ਹੈ ਸਰਦਾਰ ਜਨੈਲ ਸਿੰਘ ਨਾਲ ਕੇਵਲ 2-2 ਮਿੰਟ ਸ਼ਰਧਾ ਦੇ ਫੁੱਲ ਭੇਟਾ ਕਰਨਗੇ ਜੀ ਸ਼੍ਰੀ ਰਤਨ ਸਿੰਘ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਜ਼ੂਰੀ ਚ ਵਿਰਾਜਮਾਨ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਹੀ ਪਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਕੁਛ ਦਿਨ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਨੈਲ ਸਿੰਘ ਜਿਹੜੇ ਹਿਮਾਚਲ ਦੇ ਵਿੱਚ ਇੰਜੀਨੀਅਰ ਰਹੇ ਹੈ ਇਲੈਕਟ੍ਰਿਸਿਟੀ ਦੇ ਉਹ ਸਾਤੋਂ ਪੁੱਛਣ ਅਗਰ ਅਸੀਂ ਚੁੱਕੜ ਵੱਲ ਧਿਆਨ ਮਾਰੀਏ ਤਾਂ ਉਹਨਾਂ ਦਾ ਜਨਮ ਜਿਹੜਾ ਹੈ ਇੱਕ ਸਧਾਰਨ ਕਿਸਾਨ ਪਰਖਾਲੀ ਦੇ ਵਿੱਚ ਹੋਇਆ ਸੀ 1942 ਉਸ ਤੋਂ ਬਾਅਦ ਉਹਨਾਂ ਨੇ ਮੁੱਢਲੀ ਵਿੱਦਿਆ ਪ੍ਰਾਪਤ ਕੀਤੀ ਉਸ ਤੋਂ ਉਪਰੰਤ ਓਵਰਸੀਜ਼ ਦਾ ਕੋਰਸ ਕੀਤਾ ਨਾਲ ਦੀ ਨਾਲ ਉਹਨਾਂ ਨੇ ਜਿਹੜੀ ਨੌਕਰੀ ਸੀ ਆਪਣੀ ਉਹਨਾਂ ਨੇ ਆਰੰਭ ਕੀਤੀ ਹਿਮਾਚਲ ਪ੍ਰਦੇਸ਼ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀਆਂ ਉਹਨੇ ਤਾਂ ਵੀ ਸਾਨੂੰ ਦਿਖਦੀਆਂ ਲਾਈਟਾਂ ਜਗਦੀਆਂ ਰਾਤ ਨੂੰ ਇਹ ਉਹਨਾਂ ਦੀ ਬੜੀ ਘਾਲਣਾ ਸੀ ਐਸੇ ਪਿੰਡੇ ਜਿਹੜੇ ਇਹੋ ਜਿਹੇ ਖਰਾਬ ਪਿੰਡੇ ਸੀ ਉੱਥੇ ਪਹਾੜਾਂ ਦੇ ਵਿੱਚ ਜਾ ਕੇ ਉਹਨਾਂ ਨੇ ਖੰਭੇ ਕੱਢੇ ਬਿਜਲੀ ਦੇ ਆਪਣੀ ਤਾਕਤ ਦੇ ਨਾਲ ਇਸ ਹਿਮਾਚਲ ਪ੍ਰਦੇਸ਼ ਨੂੰ ਰੋਸ਼ਨ ਕੀਤਾ ਬਹੁਤ ਸਾਰੀ ਸੰਗਤ ਉਹਨਾਂ ਦੇ ਸ਼ਰਧਾਲੂ ਇੱਥੇ ਪਹੁੰਚੇ ਹੋਏ ਨੇ ਅਤੇ ਉਹ ਵੀ ਉਹਨਾਂ ਦੇ ਵਿੱਚੋਂ ਵੀ ਕੋਈ ਨਾ ਕੋਈ ਸ਼ਰਧਾ ਦੇ ਫੁੱਲ ਭੋਜ ਕਰੇਗਾ ਅਤੇ ਮੈਂ ਬਹੁਤਾ ਸਮਾਂ ਤੁਹਾਡਾ ਨਹੀਂ ਲੈਣਾ 2 ਮਿੰਟ ਮੈਨੂੰ ਕਿਹਾ ਹੈ ਅਤੇ ਉਹ ਐਸੇ ਪਰਿਵਾਰ ਦੇ ਵਿੱਚ ਪੈਦਾ ਹੋਏ ਕਿ ਇਹਨਾਂ ਦੇ ਪਿਤਾ ਜੀ ਵੀ ਇੱਕ ਸਰਵਿਸਮੈਨ ਸੀ ਨੌਕਰੀ ਕਰਦੇ ਸੀ ਮਿਲਟਰੀ ਦੀ ਇਹਨਾਂ ਦੇ ਦਾਦਾ ਜੀ ਵੀ ਮਿਲਟਰੀ ਦੇ ਵਿੱਚ ਨੌਕਰੀ ਕਰਦੇ ਸੀ ਸਰਦਾਰ ਵੀਰ ਸਿੰਘ ਜੀ ਦੀ ਜਿਹੜੀ ਹੈ ਉਹਨਾਂ ਦੀ ਸਾਰੀ ਜ਼ਿੰਦਗੀ ਧਰਮ ਦੇ ਨਾਲ ਲਿਖੇ ਲੱਗੀ ਉੱਥੋਂ ਸਰਵਿਸ ਤੋਂ ਆ ਕੇ ਇੱਥੇ ਧਾਰਮਿਕ ਕੰਮਾਂ ਦੇ ਵਿੱਚ ਉਹਨਾਂ ਦੀ ਬਹੁਤ ਬੜੀ ਰੁਚੀ ਸੀ ਉਹਨਾਂ ਦਾ ਪ੍ਰਭਾਵ ਸਰਦਾਰ ਜਰਨੈਲ ਸਿੰਘ ਦੇ ਵਿੱਚੋਂ ਪਤਾ ਕਿ ਨਜ਼ਰ ਆ ਰਿਹਾ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਪੱਖ ਲਿਖ ਰਿਹਾ ਜਦੋਂ ਜਵਾਨ ਹੋਏ ਉਹਨਾਂ ਦਾ ਜਿਹੜੀ ਸ਼ਾਦੀ ਹੈ ਬ੍ਰਾਹਮਣ ਜ਼ਿਮੀਂਦਾਰਾਂ ਦੇ ਵਿੱਚ ਬਹੁਤ ਹੀ ਉੱਘੇ ਸੱਚੇ ਘਰਾਣੇ ਦੇ ਵਿੱਚ ਹੋਈ ਅਤੇ ਉਹਨਾਂ ਦੇ ਬੀਬੀ ਦੇ ਕੁੱਖੋਂ 2 ਬੇਟੀਆਂ ਹੋਈਆਂ ਜਿਹੜੀਆਂ ਕਿ ਬਹੁਤ ਚੰਗੇ ਥਾਂ ਉਹਨਾਂ ਦੀ ਸ਼ਾਦੀ ਹੋਈ ਵੀ ਔਰ ਸੈਟਲ ਦੇ ਬਹੁਤ ਵਧੀਆ ਉਹਨਾਂ ਦੀ ਗੁਰੂ ਦੀ ਮਿਹਰ ਹੈ ਵਾਪਸ ਅਤੇ ਉਸ ਤੋਂ ਬਾਅਦ ਮੈਂ ਤਾਂ ਉਹਨਾਂ ਨੂੰ ਕਹੂੰਗਾ ਵੀ ਧਰਤੀ ਦਾ ਸਬੂਤ ਸੀ ਇੱਥੇ ਜੰਗਲ ਹੁੰਦਾ ਸੀ ਜਦੋਂ ਉਹਨਾਂ ਨੇ ਜ਼ਮੀਨ ਸੰਭਾਲੀ ਆਪਣੇ ਭਾਈਆਂ ਤੋਂ ਲੈ ਕੇ ਤਾਂ ਇਸ ਜੰਗਲ ਨੂੰ ਸਾਫ਼ ਕਰਿਆ ਟਰੈਕਟਰ ਚਲਾਏ ਟਿਊਬਵੈੱਲ ਲਗਾਏ ਔਰ ਪੀਓ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਉਹਦੇ ਕੋਲੈਬੋਰੇਸ਼ਨ ਨਾਲ ਕਰਕੇ ਇੱਥੇ ਬੀਜ ਵੀ ਉਗਾਏ ਖਾਸ ਕਰ ਮੂਲੀਆਂ ਦੇ ਬੀਜ ਉਹਨਾਂ ਨੇ ਸਾਡੇ ਕਿਸਾਨਾਂ ਨੂੰ ਇੱਥੇ ਵੀ ਦਿੱਤੇ ਅਤੇ ਬਾਹਰ ਭੇਜੇ ਯੂਨੀਵਰਸਿਟੀ ਵਿੱਚ ਭੇਜੇ ਯੂਨੀਵਰਸਿਟੀ ਅੱਗੇ ਕਿਸਾਨਾਂ ਨੂੰ ਉਹਦਾ ਧਰਤੀ ਦਾ ਇੱਕ ਪੁੱਤਰ ਸੀਗਾ ਉਹਨਾਂ ਇਸ ਧਰਤੀ ਨੂੰ ਉਪਜਾਊ ਕੀਤਾ ਉਸ ਤੋਂ ਉਪਰੰਤ ਉਹਨਾਂ ਨੇ ਇਹ ਕੰਮ ਛੱਡ ਕੇ ਫਸਲਾਂ ਦਾ ਕੰਮ ਕਰਿਆ ਫਸਲਾਂ ਵੀ ਬਹੁਤ ਵਧੀਆ ਵਧੀਆ ਚੰਗੀਆਂ ਚੰਗੀਆਂ ਵਰਾਇਟੀਆਂ ਲਿਆ ਕੇ ਕਣਕਾਂ ਦੀਆਂ ਹੋਰ ਸਾਰੀਆਂ ਕਿਸਮਾਂ ਦੀਆਂ ਉਹਨੇ ਸਾਨੂੰ ਦੱਸਿਆ ਅਤੇ ਉਸ ਤੋਂ ਉਪਰੰਤ ਹੁਣ ਪਿੱਛੇ ਜੇ ਕੁਛ ਸਮੇਂ ਤੋਂ ਉਹਨਾਂ ਨੇ ਖੇਤੀ ਕਰਨਾ ਛੱਡ ਦਿੱਤਾ ਵੀ ਮੈਂ ਤਾਂ ਹੁਣ ਇਹਨਾਂ ਦੀ ਬੇਜਵਾਨਾਂ ਦੀ ਵੀ ਸੇਵਾ ਕਰ ਲਈ
ਤੇ ਉਹਨਾਂ ਨੇ ਇੱਕ ਡੇਅਰੀ ਫਾਰਮਿੰਗ ਸ਼ੁਰੂ ਕੀਤਾ। ਪਹਿਲਾਂ ਥੋੜੀਆਂ ਮੈਸਾਂ ਰੱਖੀਆਂ ਤੇ ਗਾਇਆਂ ਰੱਖੀਆਂ, ਹੁਣ ਤਾਂ ਡੇਅਰੀ ਫਾਰਮਿੰਗ ਬਹੁਤ ਬੜਾ ਹੋ ਗਿਆ। ਅੱਜ ਤੱਕ ਉਹਨੇ ਆਪਣੀ ਮਹਿਸ ਜਾਂ ਆਪਣੀ ਗਾਂ ਜਾਂ ਬੱਚਾ ਕਤਲਖਾਨੇ ਵਿੱਚ ਨਹੀਂ ਭੇਜਿਆ। ਤੇ ਹੋਰ ਇਸ ਤੋਂ ਵੱਡਾ ਇਨਸਾਨ ਕੌਣ ਹੋ ਸਕਦਾ ਸੀ ਕਿ ਉਹਨਾਂ ਨੇ ਇੱਥੇ ਹੀ ਪਾਲਿਆ। ਹੁਣ 10-12 ਜਿਹੜੇ ਮਜ਼ਦੂਰ ਨੇ ਬਾਹਰ ਤੋਂ ਆਏ ਹੋਏ, ਅਸੀਂ ਵੀ ਕਹਿੰਦੇ ਸੀ ਉਹਨਾਂ ਨੂੰ ਵੀ ਤੁਸੀਂ ਰਹਿਣ ਦਿਓ, ਸਿਆਣੇ ਹੋ ਗਏ। ਉਹ ਕਹਿੰਦਾ ਵੀ ਇਹ 10-12 ਪਰਿਵਾਰ ਹੈ, ਮੈਂ ਇਹਨਾਂ ਨੂੰ ਰੋਟੀ ਦੇ ਰਿਹਾ, ਰੋਟੀ ਰੋਜ਼ੀ ਮੇਰੇ ਤੋਂ ਕਮਾ ਰਹੇ ਆ, ਮੈਂ ਇਹਨਾਂ ਨੂੰ ਤਨਖਾਹ ਦਿੰਦਾ, ਇਹ ਕੰਮ ਕਰਦੇ ਆ, ਮੈਂ ਕਿਉਂ ਛੱਡੂਗਾ ਇਸ ਕੰਮ ਨੂੰ। ਤੋ ਇੰਨਾ ਦ੍ਰਿੜਤਾ ਵਾਲਾ, ਇੰਨਾ ਸੂਝਵਾਨ, ਇੰਨਾ ਜਿਹੜਾ ਹੈ ਭਾਈਚਾਰੇ ਦੇ ਵਿੱਚ ਹਰੇਕ, ਇੱਥੇ ਮੈਂ ਦੇਖਿਆ ਤੁਸੀਂ ਵੀ ਜਾਣਦੇ ਹੋ ਕਿ ਬਹੁਤ ਦੂਰ ਦੁਰਾਡੇ ਤੋਂ ਮੈਂ ਬਾਬਾ ਜੀ ਦਾ ਵੀ ਬਹੁਤ ਅਧੀ ਰਿਣੀ ਆ, ਜਿਹਨਾਂ ਨੇ ਐਡੀ ਦੂਰ ਤੋਂ ਆਪਣੇ ਜਥੇ ਨੂੰ ਭੇਜਿਆ ਔਰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਔਰ ਸੁਖਾਲੇ ਢੰਗ ਦੇ ਨਾਲ ਸਾਨੂੰ ਸਮਝਾਉਣਾ ਕੀਤਾ ਹੈ ਕਿ ਭਾਈ ਆ, ਗੁਰੂ ਤੋਂ ਬਗੈਰ ਨਹੀਂ ਕੁਛ ਵੀ ਬਣਨਾ। ਇਹਨਾਂ ਦੇ ਦਾਦਾ ਜੀ ਸਰਦਾਰ ਜਰਨੈਲ ਸਿੰਘ ਦੇ ਗੁਰੂ ਦੇ ਨਾਲ ਜੁੜੇ ਹੋਏ ਸੀ। ਇਸ ਪਰਿਵਾਰ ਨੂੰ ਉਹਨਾਂ ਦੀ ਬਹੁਤ ਬੜੀ ਦੇਣ, ਤੇ ਹੁਣ ਵੀ ਇਹ ਗੁਰੂ ਦੇ ਸੇਵਾ ਵੀ ਕਰਦੇ ਰਹਿੰਦੇ ਆ। ਗੁਰਦੁਆਰੇ ਦੇ ਵਿੱਚ ਵੀ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹਨ, ਸੇਵਾ ਇਹਨਾਂ ਨੇ ਕੀਤੀ ਆ। ਉਹ ਸੇਵਾ ਦਾ ਫਲ ਸਰਦਾਰ ਜਰਨੈਲ ਸਿੰਘ ਨੂੰ, ਉਹਨਾਂ ਦੀਆਂ ਬੇਟੀਆਂ ਨੂੰ, ਇਸ ਪਰਿਵਾਰ ਨੂੰ ਮਿਲਿਆ। ਮੈਂ ਇੰਨਾ ਕਹਿੰਦਾ ਹੋਇਆ, ਆਪਣੇ ਸੰਤਾਂ ਦੇ ਫੁੱਲ ਭੇਟ ਕਰਦਾ ਹੋਇਆ ਆਪ ਤੋਂ ਕਿਵਾ ਚਾਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਪਟਨ ਮੁਲਤਾਨ ਸਿੰਘ ਜੀ, 2 ਮਿੰਟ ਵਾਸਤੇ ਸ਼ਰਧਾ ਦੇ ਫੁੱਲ ਭੇਟਾ ਕਰਨਗੇ। ਸਰਦਾਰ ਰਤਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਬਾਅਦ ਸਰਦਾਰ ਸੁਖਦੇਵ ਸਿੰਘ ਜੀ, ਉਹ ਵੀ ਸ਼ਰਧਾ ਦੇ ਫੁੱਲ ਭੇਟਾ ਕਰਨ। ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਅੱਜ ਸਰਦਾਰ ਜਰਨੈਲ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਸਾਰੀ ਸੰਗਤ, ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਜਿਵੇਂ ਤੁਹਾਨੂੰ ਹੁਣੇ ਹੁਣੇ ਮਾਸਟਰ ਰਤਨ ਸਿੰਘ ਜੀ ਨੇ ਸਰਦਾਰ ਜਰਨੈਲ ਸਿੰਘ ਜੀ ਦੇ ਜੀਵਨ ਬਾਰੇ ਦੱਸਿਆ ਹੈ, ਉਹ ਵਾਕਿਆ ਮੈਂ ਇੱਕ ਚਾਨਣ ਮੁਨਾਰੇ ਸਨ ਇਸ ਇਲਾਕੇ ਦੇ ਵਾਸਤੇ। ਜਦੋਂ ਉਹਨਾਂ ਨੇ ਪੜ੍ਹਾਈ ਕੀਤੀ ਹੈ, ਬੜਾ ਔਖਾ ਸਮਾਂ ਸੀ, ਕਿਸ ਤਰੀਕੇ ਦੇ ਨਾਲ ਇੱਥੋਂ ਮੀਆਂਪੁਰ ਅਤੇ ਜਾਂ ਰਣਜੀਤਪੁਰ ਤੱਕ ਪੈਦਲ ਜਾ ਕੇ ਅੱਗੇ ਸਕੂਲਾਂ ਕਾਲਜਾਂ ਨੂੰ ਬੱਸਾਂ 'ਤੇ ਜਾਣਾ ਪੈਂਦਾ ਸੀ। ਉਹਨਾਂ ਨੇ ਆਪਣੀ ਪੜ੍ਹਾਈ ਕਰਨ ਤੋਂ ਬਾਅਦ ਹਿਮਾਚਲ ਬਿਜਲੀ ਬੋਰਡ ਦੇ ਵਿੱਚ ਨੌਕਰੀ ਕੀਤੀ। ਮੈਂ ਫੌਜ ਦੇ ਵਿੱਚ ਬਹੁਤ ਦੇਰ ਨੌਕਰੀ ਕੀਤੀ ਹੈ ਅਤੇ ਖਾਸ ਕਰਕੇ ਹਿਮਾਚਲ ਦੇ ਬਹੁਤ ਸਾਰੇ ਪਹਾੜੀ ਦੁਰਗਮ ਇਲਾਕਿਆਂ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਹੈ। ਅਸੀਂ ਜਦੋਂ ਗੱਡੀਆਂ ਦੇ ਵਿੱਚ ਜਾਂ ਕਿਤੇ ਬਣੇ ਰਸਤਿਆਂ ਦੇ ਉੱਤੇ ਪੈਟਰੋਲਿੰਗ 'ਤੇ ਜਾਂਦੇ ਹੁੰਦੇ ਸੀ, ਸਾਨੂੰ ਉੱਥੇ ਬਿਜਲੀ ਦੇ ਲੱਗੇ ਹੋਏ ਖੰਭੇ ਦਿਖ ਰਹੇ ਸੀ, ਜਿਨ੍ਹਾਂ ਦੇ ਵਾਸਤੇ ਨਾ ਕੋਈ ਰਸਤਾ ਸੀ ਅਤੇ ਨਾ ਕੋਈ ਮੰਜ਼ਿਲ ਸੀ। ਮੈਂ ਬੜਾ ਹੈਰਾਨ ਹੁੰਦਾ ਸੀ ਕਿ ਇਹ ਜਿਹੜੇ ਬਿਜਲੀ ਕਰਮੀ ਹਨ, ਇਹਨਾਂ ਨੇ ਕਿਵੇਂ ਇਹ ਲਾਈਨਾਂ ਵਿਛਾਈਆਂ, ਕਿਵੇਂ ਇਹ ਬਿਜਲੀ ਚਾਲੂ ਕੀਤੀ ਹੈ। ਇਹਨਾਂ ਦੀ ਜਿਹੜੀ ਦੇਣ ਹੈ ਉਹ ਤਾਂ ਸਾਡੀ ਫੌਜ ਨਾਲੋਂ ਵੀ ਕਈ ਗੁਣਾ ਜ਼ਿਆਦਾ ਹੈ। ਇਹ ਚੀਜ਼ ਮੈਂ ਕਈ ਵਾਰੀ ਐਕਸ਼ਨ ਸਾਹਿਬ ਦੇ ਨਾਲ ਵੀ ਮੈਂ ਸਾਂਝੀ ਕੀਤੀ। ਉਸ ਤੋਂ ਬਾਅਦ ਐਕਸ਼ਨ ਸਾਹਿਬ ਰਿਟਾਇਰ ਹੋਣ ਤੋਂ ਬਾਅਦ ਆਮ ਤੌਰ 'ਤੇ ਲੋਕਾਂ ਦਾ ਇੱਕ ਵਿਚਾਰ ਹੁੰਦਾ ਹੈ ਕਿ ਜਦੋਂ ਆਖੀਰੀ ਜ਼ਿੰਦਗੀ ਆ ਕਿਤੇ ਸ਼ਹਿਰ ਦੇ ਵਿੱਚ ਜਾ ਕੇ ਬੜੇ ਆਰਾਮ ਨਾਲ ਬਿਤਾਈਏ, ਪਰ ਜਰਨੈਲ ਸਿੰਘ ਜੀ ਨੇ ਅਜਿਹਾ ਨਹੀਂ ਸੋਚਿਆ। ਉਹ ਪਿੰਡ ਦੇ ਵਿੱਚ ਆਏ, ਜਿਵੇਂ ਤੁਹਾਨੂੰ ਮਾਸੀ ਨੇ ਦੱਸਿਆ ਹੈ ਕਿ ਇਹ ਪਿੰਡ ਮੁਸਲਮਾਨਾਂ ਦਾ ਪਿੰਡ ਸੀ 1947 ਤੋਂ ਬਾਅਦ। ਇੱਥੇ ਜਿਨ੍ਹਾਂ ਲੋਕਾਂ ਨੂੰ ਜ਼ਮੀਨਾਂ ਅਲਾਟ ਹੋਈਆਂ ਉਹ ਖੇਤੀਹਾਰ ਨਹੀਂ ਸਨ, ਉਹ ਆਪਣੀ ਜ਼ਮੀਨਾਂ ਠੇਕੇ ਬਟਾਈਆਂ 'ਤੇ ਦੇ ਕੇ ਆਪ ਸ਼ਹਿਰਾਂ ਵਿੱਚ ਵੱਸ ਗਏ ਸਨ। ਇਹ ਜਿਹੜਾ ਪਿੰਡ ਸੀ ਇੱਕ ਜੰਗਲ ਦਾ ਰੂਪ ਧਾਰ ਗਿਆ ਸੀ। ਅਸੀਂ ਆਸ ਪਾਸ ਦੇ ਇਲਾਕੇ ਦੇ ਲੋਕਾਂ ਨੇ ਇਸ ਪਿੰਡ ਦੇ ਵਿੱਚ ਆ ਕੇ ਜ਼ਮੀਨਾਂ ਖਰੀਦੀਆਂ, ਇਹਨਾਂ ਜ਼ਮੀਨਾਂ ਨੂੰ ਆਬਾਦ ਕੀਤਾ, ਅਤੇ ਸਭ ਤੋਂ ਜਿਹੜਾ ਵੱਧ ਇੱਥੇ ਸਰਦਾਰ ਜਰਨੈਲ ਸਿੰਘ ਜੀ ਨੇ ਆ ਕੇ ਇੱਕ ਇੰਸਪਾਇਰਿੰਗ ਫਿਗਰ ਦੀ ਤਰ੍ਹਾਂ ਇਹਨਾਂ ਨੇ ਕੰਮ ਕੀਤਾ। ਇਹਨਾਂ ਦੇ ਕੋਲ ਕੋਈ 15-20 ਏਕੜ ਜ਼ਮੀਨ ਇਹਨਾਂ ਨੇ ਇੱਥੇ ਲਈ, ਆਪਣੀ ਪਰਖਾਲੀ ਦੀ ਵਧੀਆ ਜ਼ਮੀਨ ਛੱਡ ਕੇ ਆਪਣੇ ਭਰਾਵਾਂ ਨੂੰ, ਪਰਿਵਾਰ ਨੂੰ, ਅਤੇ ਇੱਥੇ ਬੜੀ ਦੇ ਵਿੱਚ ਆ ਕੇ ਬੈਠੇ। ਇਹਨਾਂ ਨੇ ਸਿਰਫ ਜ਼ਮੀਨ ਹੀ ਨਹੀਂ, ਉਹਦੇ ਨਾਲ ਜਿਵੇਂ ਮਾਸੀ ਨੇ ਤੁਹਾਨੂੰ ਦੱਸਿਆ ਹੈ, ਇੱਕ ਡੈਰੀ ਫਾਰਮ ਵੀ ਕਾਫੀ ਵੱਡੇ ਸਕੇਲ ਦੇ ਉੱਤੇ, ਕੋਈ ਛੋਟਾ ਡੈਰੀ ਫਾਰਮ ਨਹੀਂ, ਕਾਫੀ ਵੱਡੇ ਸਕੇਲ ਦੇ ਉੱਤੇ ਇਹਨਾਂ ਨੇ ਕੀਤਾ। ਇਸ ਘਟਦੀ ਹੋਈ ਉਮਰ ਦੇ ਵਿੱਚ ਇੰਨਾ ਵੱਡਾ ਕਾਰੋਬਾਰ ਨੂੰ ਚਲਾਉਣਾ ਇੱਕ ਕੋਈ ਖਾਸ ਬੰਦਾ ਹੀ ਕਰ ਸਕਦਾ ਹੈ, ਜਿਸ ਨੂੰ ਦੇਖ ਕੇ ਮੈਂ ਬਹੁਤ ਦਫ਼ਾ ਕਈ ਇਕੱਠਾਂ ਦੇ ਵਿੱਚ ਵੀ ਆਪਣੇ ਹੋਰ ਸਾਰੇ ਜ਼ਿਮੀਦਾਰ, ਖਾਸ ਕਰਕੇ ਨੌਜਵਾਨ ਬੱਚਿਆਂ ਨੂੰ ਮੈਂ ਇਹ ਕਹਿੰਦਾ ਸੀ ਕਿ ਤੁਸੀਂ ਕਦੇ ਨਾ ਕਦੇ ਜਾ ਕੇ ਐਕਸ਼ਨ ਸਾਹਿਬ ਨੂੰ ਮਿਲਿਆ ਕਰੋ ਅਤੇ ਉਹਨਾਂ ਦੇ ਫਾਰਮ ਨੂੰ ਦੇਖ ਕੇ ਆਇਆ ਕਰੋ। ਇਹਦੇ ਨਾਲ ਨਾਲ ਜਿਹੜਾ ਉਹਨਾਂ ਨੇ ਇੱਕ ਹੋਰ ਬਹੁਤ ਵੱਡਾ ਕੰਮ ਕੀਤਾ ਹੋਇਆ ਸੀ, ਉਹ ਇਹ ਸੀ ਕਿ ਅੱਜ ਦੇਸ਼ ਦੇ ਵਿੱਚ ਜਿਵੇਂ
ਬੇਰੁਜ਼ਗਾਰੀ ਦਾ ਜਿਹੜਾ ਆਲਮ ਚੱਲ ਰਿਹਾ ਹੈ, ਸਰਕਾਰਾਂ ਵੀ ਅਸਮਰੱਥ ਹਨ ਕਿ ਬੇਰੁਜ਼ਗਾਰੀ ਨੂੰ ਦੂਰ ਕੀਤਾ ਜਾ ਸਕੇ। ਐਕਸ਼ਨ ਸਾਹਿਬ ਨੇ ਘੱਟੋ ਘੱਟ 10 ਤੋਂ 15 20 ਪਰਿਵਾਰਾਂ ਨੂੰ ਰੈਗੂਲਰ ਡੇਲੀ ਇਹਨਾਂ ਨੇ ਰੁਜ਼ਗਾਰ ਦਿੱਤਾ ਹੋਇਆ ਸੀ, ਇਹ ਵੀ ਉਹਨਾਂ ਦੀ ਇੱਕ ਬਹੁਤ ਵੱਡੀ ਵਿਲੱਖਣਤਾ ਸਨ। ਅੱਜ ਉਹ ਸਾਡੇ ਵਿੱਚ ਨਹੀਂ ਰਹੇ ਹਨ, ਅਚਾਨਕ ਉਹ ਸਾਨੂੰ ਵਿਛੋੜਾ ਦੇ ਗਏ ਹਨ। ਇਹਦਾ ਜਿਹੜਾ ਦੁੱਖ ਹੈ ਸਾਰੇ ਪਿੰਡ ਨੂੰ ਹੈ, ਸਾਰੇ ਪਰਿਵਾਰ ਨੂੰ ਹੈ, ਉਹਨਾਂ ਦੀਆਂ ਬੱਚੀਆਂ ਨੂੰ ਹੈ, ਖਾਸ ਕਰਕੇ ਬੀਬੀ ਜੀ ਨੂੰ ਹੈ, ਜਿਨ੍ਹਾਂ ਦੇ ਉਹ ਸਾਥੀ ਸਨ, ਦੋਨੋਂ ਹੀ ਉਹ ਮਿਲ ਕੇ ਇਹ ਸਾਰਾ ਕਾਰੋਬਾਰ ਚਲਾਉਂਦੇ ਸਨ, ਤੇ ਹੋਰ ਬਾਕੀ ਜਿੰਨੇ ਵੀ ਬਾਹਰ ਉਹਨਾਂ ਦੇ ਯਾਰ ਮਿੱਤਰ ਦੋਸਤ ਪਰਿਵਾਰ ਵਾਲੇ ਸਾਰੇ ਆਏ ਹੋਏ, ਉਹਨਾਂ ਨੂੰ ਇਹ ਸਾਰਾ ਦੁੱਖ ਹੈ। ਅਸੀਂ ਮੈਂ ਪਰਮਾਤਮਾ ਵਾਹਿਗੁਰੂ ਜੀ ਦੇ ਅੱਗੇ ਇਹੀ ਅਰਦਾਸ ਕਰਦਾ ਹਾਂ, ਪਰਮਾਤਮਾ ਇਸ ਦੁੱਖ ਦੀ ਘੜੀ ਦੇ ਵਿੱਚ ਤੂੰ ਸਭ ਦੇ ਨਾਲ ਸਾਥ ਦੇਣਾ, ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣਾ। ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਕੈਪਟਨ ਮੁਲਤਾਨ ਸਿੰਘ ਰਹਿੰਦਾ, ਜਿਨ੍ਹਾਂ ਨੇ ਉਹਨਾਂ ਦੇ ਸ਼ਲਾਘਾ ਜੋ ਕਦਮਾਂ ਦੀ ਸ਼ਲਾਘਾ ਕੀਤੀ ਹੈ, ਹੁਣ ਸਰਦਾਰ ਸੁਖਦੇਵ ਸਿੰਘ ਜੀ ਸ਼ਰਧਾ ਦੇ ਫੁੱਲ ਭੇਟਾ ਕਰਦੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੇ ਸਾਧ ਸੰਗਤ ਜੀ, ਆਪ ਜੀ ਨੂੰ ਪਤਾ ਹੀ ਹੈ ਅੱਜ ਅਸੀਂ ਉਸ ਮਹਾਨ ਸ਼ਖਸੀਅਤ ਜਿਹੜੀ ਕਿ ਸਾਨੂੰ ਪਿਛਲੇ ਦਿਨੀ ਵਿਛੋੜਾ ਦੇ ਗਈ, ਉਹਨਾਂ ਦੇ ਪਰਥਾਏ ਅੱਜ ਦਾ ਸਮਾਗਮ ਹੋਇਆ। ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਸਰਦਾਰ ਜਰਨੈਲ ਸਿੰਘ ਦੇ ਜਾਣ ਤੇ ਇਲਾਕੇ ਨੂੰ, ਪਰਿਵਾਰ ਨੂੰ ਇੰਨਾ ਵੱਡਾ ਦੁੱਖ ਹੋ ਗਿਆ, ਐਡਾ ਵੱਡਾ ਸਾਨੂੰ ਇੱਕ ਵਿਛੋੜਾ ਲੱਗ ਗਿਆ ਕਿ ਅਸੀਂ ਸਹਿਣ ਨਹੀਂ ਕਰ ਸਕਦੇ। ਕਿਸੇ ਪੱਖੋਂ ਵੀ ਦੇਖੋ, ਉਸ ਇਨਸਾਨ ਦੇ ਵਿੱਚ ਉਹ ਗੁਣ ਸੀ ਜਿਹੜੇ ਉਹਨਾਂ ਦੇ ਮਾਤਾ ਪਿਤਾ ਬਾਬੇ ਦਾਦੇ ਪੜਦਾਦਿਆਂ ਨੇ ਪਾਏ ਸੀ। ਹੈ ਤਾਂ ਇਹ ਸਾਰਾ ਪਰਿਵਾਰ ਇਸੇ ਤਰ੍ਹਾਂ। ਮੈਂ ਇੱਕ ਵਾਰੀ ਮਹਾਂਪੁਰਸ਼ਾਂ ਦੇ ਕੋਲੇ ਬੈਠ ਗਿਆ, ਕਿਸੇ ਕੋਲੇ, ਉਹ ਮਹਾਂਪੁਰਸ਼ ਆਖਰੀ ਸਾਹਾਂ ਤੇ ਸੀ। ਉਹਨਾਂ ਦੀ ਸੰਗਤ ਕਹਿੰਦੀ, ਬਾਬਾ ਜੀ ਤੁਸੀਂ ਸਾਰੀ ਜ਼ਿੰਦਗੀ ਦੇ ਵਿੱਚ ਸੱਚ ਦੀ ਘਾਲਣਾ ਕਰਾਲੀ ਹੈ, ਕਿਰਤ ਕਮਾਈ ਕੀਤੀ ਹੈ, ਵੰਡ ਛਕਿਆ ਹੈ, ਹੁਣ ਤਾਂ ਤੁਸੀਂ ਸਿੱਧੇ ਸੱਚਖੰਡ ਨੂੰ ਜਾਓਗੇ। ਪਰ ਮਹਾਂਪੁਰਸ਼ਾਂ ਨੇ ਕੋਈ ਵਚਨ ਕਿਆ ਕਰਿਆ, ਮਹਾਂਪੁਰਸ਼ ਕਹਿੰਦੇ ਭਾਈ ਇਹ ਤੁਹਾਡੀ ਭੁੱਲ ਹੈ। ਸਾਰੀ ਸੰਗਤ ਮੂੰਹ ਵੱਲ ਦੇਖਦੀ ਕਿ ਅਸੀਂ ਇਹੋ ਜਿਹੇ ਵਚਨ ਪੁੱਛ ਲਿਆ। ਉਹਨਾਂ ਨੇ ਵਚਨ ਦੱਸਿਆ, ਕਹਿੰਦੇ ਇੱਕ ਅੱਧੇ ਜੀਵਨ ਦੇ ਵਿੱਚ ਤਾਂ ਲਾਈਨ ਵਿੱਚ ਲੱਗਦੇ ਆ, ਜਿਹੜੇ ਅਸੀਂ ਕਹਿੰਦੇ ਨਾ ਦੋ ਚਾਰ ਜਪਜੀ ਸਾਹਿਬ ਦੇ ਪਾਠ ਕਰਕੇ ਅਸੀਂ ਆਪਣੇ ਆਪ ਨੂੰ ਸਿੱਖ ਕੁਹਾਲੀਏ, ਇਹ ਭੁੱਲ ਹੈ ਸਾੜੀ। ਪਿਆਰੋ ਮਹਾਂਪੁਰਸ਼ਾਂ ਦੇ ਤੱਤ ਕੱਢੇ ਹੁੰਦੇ ਆ। ਉਹ ਕਹਿੰਦੇ ਕਈ ਜਨਮਾਂ ਤੋਂ ਲਾਈਨ ਚ ਲੱਗੇ ਤਾਂ ਕਿਤੇ ਇਹ ਜੀਵਨ ਦੇ ਵਿੱਚ ਸੱਚੀ ਸੁੱਚੀ ਕਮਾਈ ਕਰਨ ਦਾ ਮੌਕਾ ਮਿਲ। ਦਸਵੇਂ ਪਾਤਸ਼ਾਹ ਨੇ ਕਿੰਨੀ ਘਾਲਣਾ ਘਾਲ ਕੇ ਸਾਨੂੰ ਸਿੱਖ ਬਣਾਇਆ। ਪਿਆਰੋ ਅਸੀਂ ਉਹਨਾਂ ਦੀਆਂ ਘਾਲਣਾ ਨੂੰ ਭੁੱਲ ਗਏ, ਪਰ ਇਹ ਪਰਿਵਾਰ ਨਹੀਂ ਭੁੱਲਿਆ। ਇੱਕ ਇੱਕ ਬੱਚਾ ਪਰਿਵਾਰ ਦਾ ਸਿੱਖੀ ਦੇ ਵਿੱਚ ਗ੍ਰਹਿਣ ਹੈ। ਸਰਦਾਰ ਜਰਨੈਲ ਸਿੰਘ ਦੀ ਗੱਲ ਕੀ ਕਰ ਰਹੀਆਂ, ਛੋਟੇ ਬੱਚੇ ਤੱਕ ਵੀ ਦੇਖੋ ਅੱਜ ਵੀ ਸਿੱਖੀ ਦੇ ਚਾਨਣ ਮਰਾਰੇ ਬਣੇ ਵੇ। ਇਸ ਪਰਿਵਾਰ ਨੇ ਕੋਈ ਅਜੇ ਤੱਕ ਆਪਣੇ ਆਪ ਨੂੰ ਦਾਗ ਨਹੀਂ ਲਾਇਆ। ਮੈਂ ਤਾਂ ਇੱਕੋ ਹੀ ਗੱਲ ਕਹੂੰਗਾ, ਇੱਥੇ ਤਾਂ ਕੀਰਤਨ ਵਾਲੇ ਵੀਰ ਜੀ ਨੇ ਵੀ ਬਹੁਤ ਜ਼ਿਆਦਾ ਸਮਝਾ ਤਾ, ਜਿੰਨਾ ਕਿ ਸਮਝਾਇਆ ਨਹੀਂ ਜਾ ਸਕਦਾ। ਪਰ ਜੇ ਦੇਖੀਏ, ਮਹਾਂਪੁਰਸ਼ ਦੱਸਦੇ ਜੇ ਬਰਾਗ ਲੱਗਣਾ ਹੈ ਤਾਂ ਕਿਸੇ ਦੇ ਇਸ ਸਮਾਗਮ ਤੇ ਬੈਠੋ ਤਾਂ ਬਰਾਗ ਲੱਗਦਾ, ਮੌਤ ਯਾਦ ਆਉਂਦੀ ਹੈ। ਹੋਰ ਖੁਸ਼ੀ ਦੇ ਸਮਾਗਮਾਂ ਤੇ ਨਹੀਂ ਇੰਨਾ ਮਨ ਜੁੜਦਾ ਜਿੰਨਾ ਮਨ ਸਮਾਗਮ ਇਸ ਤੇ ਜੁੜਦਾ। ਇਸ ਸਮਾਗਮ ਤੇ ਮਨ ਨੂੰ ਸੱਟ ਲੱਗਦੀ ਹੈ ਕਿ ਐਡੀ ਵੱਡੀ ਘਾਲਣਾ ਘਾਲਣ ਵਾਲਾ ਕਿਵੇਂ ਗਿਆ ਗਿਆ। ਪਰ ਜਾਣ ਦਾ ਤਰੀਕਾ ਦੇਖੋ, ਤੜਕੇ ਅੰਮ੍ਰਿਤ ਵੇਲੇ ਉਸ ਜੀਵ ਨੇ ਆਪਣੇ ਸਵਾਸ ਛੱਡੇ। ਇਹਨਾਂ ਦੇ ਇੱਕ ਬਜ਼ੁਰਗ ਨੇ ਗੁਰਦੁਆਰਾ ਸਾਹਿਬ ਪਰਖਾਲੀ ਦੇ ਵਿੱਚ ਅੰਮ੍ਰਿਤ ਵੇਲੇ ਜਾ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਸਵਾਸ ਛੱਡਦੇ। ਇਹ ਲਾਈਨ ਵੜਦੀ ਹੈ। ਜੇ ਤੁਸੀਂ ਆਪਣੀ ਲਾਈਨ ਬਣਾਉਣੀ ਅੱਜ ਤੋਂ ਵੀ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਉਸ ਮਹਾਰਾਜ ਦੇ ਨਾਲ ਜੋੜੋ। ਉਸ ਮਹਾਰਾਜ ਨੇ ਸਾਰੀ ਸਿੱਖਿਆ ਦੇਣੀ, ਮਹਾਰਾਜ ਤੋਂ ਬਿਨਾਂ ਕੋਈ ਸਿੱਖਿਆ ਨਹੀਂ ਦੇ ਸਕਦਾ, ਕੋਈ ਕਿਸੇ ਨੂੰ ਰਾਹੇ ਨਹੀਂ ਪਾ ਸਕਦਾ। ਭਾਵੇਂ ਕਿੰਨਾ ਵੀ ਕੋਈ ਬੰਦਾ ਆਪਣਾ ਉਪਾਅ ਕਰੇ, ਨਹੀਂ ਹੋ ਸਕਦਾ। ਗੁਰ ਕਿਰਪਾ ਤੇ ਭਗਤ ਕਮਾਈ, ਗੁਰੂ ਦੀ ਕਿਰਪਾ ਤੇ ਭਗਤੀ ਨੂੰ ਲੱਗਣਾ। ਜੇ ਭਗਤੀ ਲੱਗਣਾ ਉਹਦੇ ਤਿੰਨੇ ਗੁਣ ਹੈ, ਕੰਮ ਕਰਨਾ, ਕਿਰਤ ਕਰਨੀ, ਵੰਡ ਛਕਣਾ ਔਰ ਨਾਮ ਜਪਣਾ। ਇਸ ਜੀਵ ਦੇ ਅੰਦਰ ਤਿੰਨੇ ਗੁਣ ਪ੍ਰਵੇਸ਼ ਸੀ। ਇਹ
ਇੱਕ ਦਿਨ ਪਹਿਲਾਂ ਮੇਰਾ ਖੇਤ ਹੈ ਇਹਦੇ ਨਾਲ, ਇੱਕ ਦਿਨ ਕਹਿਣਾ ਆਪਣੀ ਡੌਲ ਡੌਲ ਤੋਂ ਮਕਾਇਆ ਕਾਰ ਦੇ ਵਿੱਚ ਗਿਆ, ਬੜੀਆਂ ਵਿਚਾਰਾਂ ਵੀ ਕਰੀਆਂ, ਮੇਰੇ ਕੋਲੇ 2 ਮਿੰਟ ਖੜਿਆ ਵੀ, ਪਰ ਕੀ ਪਤਾ ਸੀ ਕੱਲ ਨੂੰ ਅੰਮ੍ਰਿਤ ਵੇਲੇ ਆਹ ਸੰਸਾਰੇ ਛੱਡ ਜਾਣਾ। ਐਡਾ ਵੱਡਾ ਦੁੱਖ ਲੱਗਿਆ, ਇਹੋ ਜਿਹੇ ਸੂਝਵਾਨ ਬੰਦੇ ਇਸ ਤਰ੍ਹਾਂ ਚਲੇ ਜਾਂਦੇ ਹੈ ਪਰ ਪਿੱਛੇ ਸਹਾਰਾ ਦੇਣ ਵਾਲਾ ਕੋਈ ਨਹੀਂ ਰਹਿੰਦਾ। ਇਸ ਕਰਕੇ ਇਹੋ ਜਿਹੇ ਬੰਦਿਆਂ ਤੋਂ ਸਿੱਖਿਆ ਲਓ। ਬਹੁਤ ਬੰਦੇ ਨੇ ਜਿਹੜੇ ਨੌਕਰੀ ਤੋਂ ਪੈਨਸ਼ਨ ਆਏ, ਪੈਸਾ ਇਹਦੇ ਕੋਲੇ ਕੋਈ ਤੋੜਨ ਨਹੀਂ, 3 ਕਰੋੜ ਦਾ ਬੀਮਾ ਅੱਜ ਵੀ ਹੈ, ਜੇ ਪੈਸੇ ਦੇ ਤੌਰ ਤੇ ਐਸ਼ ਕਰਨੀ ਹੁੰਦੀ ਕਰ ਸਕਦਾ ਸੀ, ਪਰ ਨਹੀਂ, ਗੁਰੂ ਮਹਾਰਾਜ ਦੀ ਮਰਿਆਦਾ ਦੇ ਨਾਲ ਕਹਿੰਦਾ ਨਹੀਂ ਆਖਰੀ ਦਮ ਤੱਕ ਕਿਰਤ ਕਰਨੀ ਔਰ ਵੰਡ ਛਕਣਾ। ਬਾਬਾ ਜੀ ਬੈਠੇ ਹੈ, ਬਾਬਾ ਜੀ ਦੇ ਦਰਸ਼ਨ ਸੀ ਉਹ ਤੋਂ ਬਿਨਾਂ ਕਦੇ ਕਰ ਨਹੀਂ ਸੀ ਸਕਦੇ। ਕਿੱਥੇ ਫਾਜ਼ਿਲਕਾ ਇੱਥੇ ਐਡੇ ਐਡੇ ਸਮਾਗਮ ਕਰਾ ਕੇ ਮਹਾਂਪੁਰਸ਼ਾਂ ਦੇ ਦਰਸ਼ਨ ਸਾਨੂੰ ਕਰਾਉਣ ਵਾਲਾ ਸਿਰਫ ਇੱਕ ਜਰਨੈਲ ਸਿੰਘ ਸੀ। ਪਿਆਰੇ ਉਹ ਇਹੋ ਜਿਹੇ ਵੀਰ ਦੇ ਜਾਣ ਤੇ ਬੋਲਣਾ ਨੀ, ਕਹਿੰਦੇ ਉਹ ਬੰਦਾ ਖੜਾ ਹੋਗਾ ਉਹਨਾਂ ਦਾ 10 ਮਿੰਟ ਲਾ ਲੈ, ਨਹੀਂ, ਅੰਦਰੋਂ ਅਬਾਲਾ ਆਉਂਦਾ ਉਸ ਵੀਰ ਵਾਸਤੇ, ਅਬਾਲਾ ਆਉਂਦਾ ਉਹਦੇ ਵਾਸਤੇ। ਕਿਆ ਕਹਿ ਦਈਏ, ਸਾਡੀ ਪਤਾ ਨੀ ਕਿਵੇਂ ਜਾਨ ਨਿਕਲਣੀ, ਕਿੱਥੇ ਮਰਨਾ, ਕਿੱਥੇ ਜਾਣਾ, ਪਰ ਮੈਂ ਉਹ ਵੀਰ ਤੇ ਸਦਕੇ ਜਾਣਾ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਉਹ ਘਾਲਣਾ ਕਰ ਗਿਆ। ਇੰਨਾ ਕੁਛ ਕਹਿੰਦਾ ਮਹਾਰਾਜ ਤੇ ਅਰਦਾਸ ਕਰਨਾ ਸੱਚੇ ਪਾਤਸ਼ਾਹ ਉਹਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਈ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ। ਮੈਂ ਪਰਿਵਾਰ ਨੂੰ ਨਹੀਂ ਕਹਿੰਦਾ, ਸਾਰੇ ਇਲਾਕੇ ਨੂੰ ਇਹ ਕਹਿੰਦਾ ਉਹਦਾ ਭਾਣਾ ਮੰਨਣ ਦਾ ਬਲ ਬਖਸ਼ੋ ਸੱਚੇ ਪਾਤਸ਼ਾਹ, ਸਾਤੇ ਉਹਦੇ ਜਾਣ ਦਾ ਵਿਛੋੜਾ ਸਿਹਾਰੀ ਜਾਂਦਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਸ੍ਰੀ ਸੰਸਾਰੀ ਲਾਲ ਜੀ 2 ਮਿੰਟ ਸੇਵਾ ਨਿਭਾਉਣਗੇ, ਉਸ ਤੋਂ ਬਾਅਦ ਗੁਰਪਾਲ ਸਿੰਘ ਜੀ, ਸਾਡੇ ਸਤਿਕਾਰਯੋਗ ਸਰਦਾਰ ਅਮਰਜੀਤ ਸਿੰਘ ਜੀ, ਦੋਵਾਂ MLA ਰੋਪੜ ਜੋ ਉੱਥੇ ਪਹੁੰਚ ਚੁੱਕੇ ਨੇ, ਉਹ ਵੀ ਸ਼ਰਧਾ ਦੇ ਫੁੱਲ ਭੇਟਾ ਕਰਨਗੇ। ਮੌਸਮ ਨੂੰ ਮੁੱਖ ਰੱਖਦੇ ਹਾਂ ਗਰਮੀ ਦੇ, ਕੇਵਲ 2-4 ਮਿੰਟ ਵਾਸਤੇ ਸੰਸਾਰੀ ਲਾਲ ਜੀ ਉਹ ਦੁੱਖ ਸੁੱਖ ਸਾਂਝਾ ਕਰਨਗੇ। ਇਤਨੀ ਬੜੀ ਸ਼ਖਸੀਅਤੋਂ ਕੇ ਆ ਗਏ, ਮੇਰਾ ਬੋਲਣਾ ਬੜਾ ਮੁਸ਼ਕਲ। ਬੜੇ ਬੜੇ ਗਿਆਨੀ ਆਏ ਹੋਏ ਹੈ, ਬੜੇ ਬੜੇ ਐਜੂਕੇਟਡ ਆਦਮੀ ਆਏ ਹੋਏ ਹੈ, ਗਿਆਨ ਦਾਨ ਕਰਨ ਵਾਲੇ ਆਏ ਹੋਏ ਹੈ, ਲੇਕਿਨ ਮੈਂ ਜ਼ਰੂਰ ਬੋਲੂੰਗਾ ਕਿ ਸਰਦਾਰ ਜਨੈਲ ਸਿੰਘ ਜੀ ਕਿਆ ਥੇ, ਉਹਨੇ ਹਿਮਾਚਲ ਮੇ 50 ਸਾਲ कैसे कैसे गरीबों की समस्याएं हल की। एक देवता के रूप थे, बड़ी डेकोरेशन कमाई, उन्होंने पैसा नहीं दिया, उन्होंने वहां बिजली पहुंचाई जहां 2-2 किलोमीटर पैदल जाना पड़ता है। जिन्हों पहाड़ियों ने कभी बिजली देखी नहीं थी उनके घरों में बल्ब जगा दिए, रोशनी कर दी। आज आप सभी लोग उनको आशीर्वाद देने के लिए वो हैं और श्रद्धांजलि भी दे रही है। प्रभु ने उनको ऐसे दिन पैदा किया और साथ में ये भी आशीर्वाद दे दी प्रभु ने कि जनैल सिंह जी आपको लोगों की सेवा करनी पड़ी। प्रभु का, सच्चे पातशाह का, बहुमुखी का उसको हुक्म हुआ, जैसा हुक्म था उसने निभाया। आज भी हिमाचल में उसको लोग याद करते हैं। 1961 में ज्वाइन किया, 2000 में रिटायरमेंट हुई, जनैल सिंह इंजीनियर हर जगह याद आते हैं, चाहे वो उनका चीफ इंजीनियर हो, चाहे चीफ मिनिस्टर तक हो। मेरे को वो वाक्या भी याद है कि बिलासपुर में चीफ मिनिस्टर ने एक दिन आना था, लेकिन उसने उस जगह का उद्घाटन करना था जो बिलासपुर से 14 किलोमीटर की, लेकिन बिजली वहाँ नहीं थी। 4 दिन रहते थे, चीफ इंजीनियर ने कहा सरदार जनैल सिंह मेरी इज्जत का सवाल है, मेरी डेपुटेशन का सवाल है, मेरी प्रमोशन का सवाल है। चीफ इंजीनियर आ रहा है, लोगों ने डिमांड रखनी है कि बिजली नहीं है, कृपा करो बिजली पहुंचाओ। सरदार जनैल सिंह ने अपनी फौज तैयार की, 4 दिन में रातों रात 3 किलो बिजली के पोल लगा के उस गांव में रोशनी रोशनी का। लोगों ने जब चीफ मिनिस्टर चला गया, जनैल सिंह के पांव पकड़िए कि सरदार जी अफसर हो तो आप सच्चा ही हो, शख्सियत हो तो आप जैसी हो, लोग अभी तक भी याद करते हैं।
नालागढ़ में आए, बहुत अच्छा काम किया। रिटायरमेंट हो गई, जब ये वहाँ आपके गांव में यहाँ पर खाली में आने लगे तो नालागढ़ के लोग इकट्ठे हो गए। ये सरदार जनैल सिंह, इंजीनियर जनैल सिंह, छोटे भाई जनैल सिंह, ताया जी जनैल सिंह, चाचा जी जनैल सिंह अपने यहाँ पक्ष करता है, हम आपको जाने नहीं देंगे। जनैल सिंह बड़े दुविधा में हो गए, मेरी जन्मभूमि वो है, कर्मभूमि ये है, जाऊँ तो कहाँ जाऊँ। लेकिन कुछ बुद्धिजीवों ने लोग कहा कि अपने गांव में भी जाइए लेकिन आपको यहाँ भी रहना पड़ेगा। फिर उन्होंने फ्रेंड्स कॉलोनी में एक छोटा सा बेंगलुरु बनाया जो अभी भी हमारे साथ है। उसकी मिसेज जाते हैं, देखते हैं, उसकी मिसेज ने भी उनको ऐसा साथ दिया कि जनैल सिंह तो जनैल सिंह, कोई और याद नहीं भूल सकता। बड़ी समझदार लेडी है। जब मैं उनको किसी आदमी ने पूछना, जनैल सिंह जी आपके कितने बच्चे हैं, कि मेरे पास चार लड़के हैं। जनैल सिंह जी आपके पास चार लड़के? हाँ, मेरी लड़कियाँ भी जो है वो लड़कों से ज़्यादा काम करती हैं, जवाई भी मेरे लड़कों जैसे हैं। मैं तो इतना खुशकिस्मत हूँ कि सबको लोग, सब लोग ऐसे ही खुश। ऐसा आदमी कहाँ मिलेगा, कहाँ से लाएंगे ऐसे आदमी को ढूंढ कर? उनका बिछोड़ा जो है काबिले बर्दाश्त नहीं है। आप जाके हिमाचल में पूछिए, जहाँ जहाँ हमने सर्विस दी है, जनैल सिंह जी का नाम आज भी चलता है। लेकिन नाम जगनैल सिंह नहीं जानते तो ये झूठ जानते हैं। एक लंबे से सरदार साहब आए थे, भाई क्या इंजीनियर थे, उनका दरवाजा सात दिन खुला रहता था, कोई समस्या हो उठ के हल करते थे, बच्चा चला जाए बूढ़ा चला जाए, हम हल जो हल करते थे कर सकते। यहाँ तक के अगर बिजली के बिल के किसी के पास पैसे नहीं हैं तो अपनी जेब से दे देते थे, कोई बात नहीं हुए तो ले जाना, नहीं ले जाओ। मिलेगा ऐसा आदमी? आप तो बड़े खुशकिस्मत लोग हैं जो यहाँ उनके साथ रह रहे हैं, उनके परिवार के साथ रह रहे हैं। आधा परिवार तो उनका मेरे पास ही है, वहीं नालागढ़ में सेटल है। संतोष सिंह भी वहाँ था, बाहर चला गया, जसवीर है और है, सभी लोग वहाँ रहते हैं। लेकिन ये सब जो देन है, ये सब देन सरदार जनैल सिंह की है, उनको कोई नहीं भूलेगा। हे वाहिगुरु, हे सच्चे पातशाह, मैं तो ये नहीं कहूँगा कि वो स्वर्गवास हो गए। वो अगर आदमी कोई प्रभु के साथ जुड़ा हुआ है, परमात्मा के साथ जुड़ा हुआ है, तो अभी भी देख सकता है, वो तो परमात्मा के प्रभु के चरणों में अभी भी बैठे हैं। लेकिन देखने वाला हो, निगाह ठीक हो, श्रद्धा ठीक हो, देख लेंगे जनैल सिंह जी अभी मिलेंगे। इन्हीं शब्दों के साथ मैं उनको श्रद्धांजलि भेंट करता हूँ। जाति तौर पर भी हूँ मैं उनको बहुत साथ, 50 साल साथ रहा हूँ, मैं उनको भूल लूँगा नहीं, मेरा परिवार उनको भूल लूँगा नहीं। एक बहुत बड़े इंजीनियर जो यहाँ थे, वहाँ से प्रमोहन परमाणु, पंचकूला और शिमला से आए हुए हैं, वो उन्होंने भी साथ उनके साथ काम किया, बहुत अच्छी तरह से उनको जानते हैं, उनको भी बहुत दुख हुआ। जिसने जनैल सिंह जी की शुरुआती के बारे में सुना वो दुख मनाया और बछोड़ा उनको बर्दाश्त करना बड़ा मुश्किल हो जाएगा, ऐसी शख्सियतें बहुत हैं। हे प्रभु, हे वाहेगुरु, हे सच्चे पातशाह, उनको अपने चरणों में स्थान देना और परिवार को इतनी शक्ति देना कि वो ये दुख जो है उसको बर्दाश्त करते। वाहेगुरु साहिब श्री गुरु ग्रंथ साहिब महाराज जी दी पवित्र पावन गोद दे विच सारियां विराजमान साध संगत जीव, गुरफतेह बुलाओ, वाहेगुरु जी का खालसा, वाहेगुरु जी की फतेह। क्योंकि अज असी एक बड़े ही इस सोगमई समागम दे विच सारे रिश्तेदार, संबंधी, धार्मिक संस्थावां तो, राजनीतिक संस्थावां तो, जो भी जिथों जिथों भी चल के आए हो, वो सिर्फ एक प्रेम के बंधन के विच बंध के भाई जरनैल सिंह जी, जिन्हां दे बारे तुहानू मेरे तो पहला बोलण वालियां शख्सियतां ने बड़े विस्थार पूर्वक तरीके दस्या। क्योंकि मैं भी एक इंजीनियर हाँ ते वो भी एक इंजीनियर सन, क्योंकि उन्होंने एक डिप्लोमा करके अते अपनी जो
नौकरी हिमाचल प्रदेश दे विच निभाई कि जो जूनियर इंजीनियर की नौकरी है बड़ी औखी होंदी है अते उसनू करदे करदे तरक्की पाउणा उस तों भी औखा होंदा है। सो इतनियां मल्लां मारदे उन्होंने जिथे अपनी नौकरी कीती उत्थे रिटायरमेंट तो बाद उन्होंने इंजीनियर होने के नाते एक विज्ञानक तौर पर भी अपनी इस जमीन दे विच जो कि एक किसान नूं नवीं तकनीकां दे नाल जो किसानी करनी चाहीदी है अज दे समें विच ओह उन्होंने करके दिखाई। क्योंकि एक कल्ली कणक बीज लेना जीरी ला लेना उहदे नाल किसानी का जो मुल भी नहीं मुड़ता, लेकिन उन्होंने फार्मिंग दे विच नवीं तकनीकां लिया के पंजाब एग्रीकल्चर यूनिवर्सिटी लुधियाना तो जो अपनी खेती नूं वधाया, फार्मिंग नूं वधाया, डेयरी के धंधे नूं वधाया। सो क्योंकि यह परिवार जिस तरह के पहला ही दस्या है कि धार्मिक विरती दे नाल जुड़िया होया सी, इन्हां दे ब्रदर जो कि दो अजकल कनेडा है, सो मैं उन्हां नूं उन्हां दे प्रति क्योंकि शरदा दे फुल आपां पहला संगती रूप दे विच सारी संगत भेट कर चुकी है, सो वाहिगुरू कृपा करे परिवार दे सिर ते मेर भरे हाथ रखे, सब नूं भाणा मन्नण दा बल बुद्धि विवेक बख्शे। सारियां संस्थां मैं अगे भी अक्सर बेनती करदा, बेनती फिर करनी है कि जदों सारियां संस्थां किसी भी प्रोग्राम दे चाहे खुशी दे चाहे गमी दे ਦੇ ਸਮਾਗਮਾਂ ਦੇ ਵਿੱਚ ਆਉਂਦੀਆਂ ਹਨ ਤਾਂ ਕਿਉਂਕਿ ਗੁਰੂ ਘਰ ਦੇ ਵਿੱਚ ਜਾਂਦੇ ਹਾਂ ਸਾਨੂੰ ਪਤਾ ਹੁੰਦਾ ਹੈ ਜੁੜਾ ਘਰ ਕਿੱਥੇ ਹੈ। ਜਾਂ ਅੱਗੇ ਤੋਂ ਕਿਸੇ ਵੀ ਪਰਿਵਾਰ ਵੱਲੋਂ ਅਜਿਹੇ ਪ੍ਰੋਗਰਾਮ ਕਰਨੇ ਹਨ ਇੱਕ ਅਜਿਹਾ ਟੈਂਟ ਅਲੱਗ ਲਗਾ ਦਿਓ ਜਿੱਥੇ ਕਿ ਜੋੜੇ ਅਲੱਗ ਤੌਰ 'ਤੇ ਰੱਖੇ ਜਾਣ, ਕਿਉਂਕਿ ਇੱਥੇ ਤੱਕ ਵੀ ਗੁਰੂ ਗ੍ਰੰਥ ਸਾਹਿਬ ਦਾ ਸਾਹਮਣੇ ਤੱਕ ਪ੍ਰਕਾਸ਼ ਹੀ ਹੈ ਜਿੱਥੋਂ ਸਾਹਮਣੇ ਆਉਂਦੇ ਹਾਂ। ਜੋੜੇ ਖੋਲ੍ਹ ਕੇ ਅਸੀਂ ਸ਼ਰਧਾ ਕਰਕੇ ਅੰਦਰ ਆਉਂਦੇ ਹਾਂ, ਲੇਕਿਨ ਅਸੀਂ ਜੋੜੇ ਤਾਂ ਸਾਹਮਣੇ ਹੀ ਖੋਲ੍ਹ ਆਏ। ਸੋ ਸਰ ਗੁਰਪਾਲ ਸਿੰਘ ਰਾਂਦਾ SDO, ਹੁਣ ਮੈਂ ਬੇਨਤੀ ਕਰੂੰਗਾ ਸਾਡੇ ਇਲਾਕੇ ਦੇ ਸਤਿਕਾਰਯੋਗ MLA ਸਰਦਾਰ ਅਮਰਜੀਤ ਸਿੰਘ ਜੀ, ਉਹ ਸ਼ਰਧਾ ਦੇ ਫੁੱਲ ਭੇਟਾ ਕਰਨਗੇ। MLA ਸਰਦਾਰ ਅਮਰਜੀਤ ਸਿੰਘ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋਰੀ 'ਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਾਡੇ ਸਰਪ੍ਰਸਤੀ ਸਰਦਾਰ ਜਰਨੈਲ ਸਿੰਘ ਉਹਨਾਂ ਦੀ ਜੀਵਨ ਬਾਰੇ ਸਾਰੇ ਸਾਥੀਆਂ ਨੇ ਦੱਸਿਆ ਹੈ। ਚੰਗੇ ਇਨਸਾਨ ਦੀ ਇਹੀ ਵਿਲੱਖਣਤਾ ਹੁੰਦੀ ਹੈ, ਜਦੋਂ ਉਹ ਸੰਸਾਰ ਛੱਡ ਕੇ ਜਾਂਦੇ ਹੈ ਵੱਖ ਵੱਖ ਦੂਰ ਦੂਰ ਹਿਮਾਚਲ ਪ੍ਰਦੇਸ਼ ਤੋਂ, ਪੰਜਾਬ ਦੇ ਵੱਖ ਵੱਖ ਇਲਾਕੇ 'ਚੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਹੈ। ਚੰਗਾ ਇਨਸਾਨ ਬਣਨ ਨਾਲ ਹੀ ਜ਼ਿੰਦਗੀ ਸਫਲ ਹੁੰਦੀ ਹੈ। ਮੈਨੂੰ ਵੀ ਕੱਲ੍ਹ ਬਾਬਾ ਜੀ ਦੇ ਮੌੜ ਮੰਡੀ ਦਾ ਫੋਨ ਆਇਆ ਸੀ, ਮੈਂ ਕਿਹਾ ਸਭ ਤੋਂ ਬੜੀ ਦਾ ਘਾਟ ਸਾਡੇ ਸਾਥੀਆਂ ਦੀ, ਅੱਗੇ ਦੱਸਿਆ ਨਹੀਂ ਪੈਸੇ ਪਹਿਲਾਂ ਵੀ ਆਉਣ ਤਾਂ ਸੰਸਕਾਰ 'ਤੇ ਵੀ ਆਉਣਾ। ਤਾਂ ਮੈਂ ਹਮੇਸ਼ਾ ਹੀ ਲੋਕਾਂ ਨੂੰ ਬੇਨਤੀ ਕਰਦਾ ਆਪਣੇ ਇਲਾਕੇ ਦਿਆਂ ਨੂੰ ਕਿ ਭਾਈ ਕਿ ਦੁੱਖ ਦੀ ਘਟਨਾ ਹੁੰਦੀ ਹੈ, ਦੁੱਖ ਸੁੱਖ ਦੇ ਸਾਂਝ ਜ਼ਰੂਰ ਦੱਸਿਆ ਕਰੋ ਤਾਂ ਅਸੀਂ ਪਹੁੰਚਿਆ ਕਰੀਏ, ਆਪਣੇ ਲੋਕਾਂ ਨਾਲ ਆਪਣੇ ਪਰਿਵਾਰਾਂ ਨਾਲ ਸਾਂਝ ਕਰਿਆ ਕਰੀਏ ਨਾ ਜੀ ਦੁੱਖਾਂ ਬਾਰੇ। ਚੰਗੇ ਕੰਮ ਕਰਕੇ ਹੀ ਜ਼ਿੰਦਗੀ ਵਿੱਚ ਜਾਓ। ਅੱਜ ਜੇ ਜਰਨੈਲ ਸਿੰਘ ਹੋਣਾ ਨੇ ਇਸ ਇਲਾਕੇ ਵਿੱਚ ਆਪਣੀ ਨੌਕਰੀ ਦੇ ਟਾਈਮ ਚੰਗੇ ਕੰਮ ਕਰੇ ਹੈ, ਇਮਾਨਦਾਰੀ ਦਾ ਪ੍ਰੋਖ ਦਾ ਸਬੂਤ ਦਿੱਤੇ ਹੈ, ਸਾਰਿਆਂ ਨੂੰ ਦੇ ਜੀਵਨ ਬਾਰੇ ਦੱਸਿਆ ਹੈ। ਇਸੇ ਤਰ੍ਹਾਂ ਗੁਰੂ ਦੇ ਲੜ ਲੱਗੋ, ਜੋ ਗੁਰੂ ਦੇ ਲੜ ਲੱਗਦਾ ਹੈ ਚੰਗੀ ਸਿਹਤ ਮਿਲਦੀ ਹੈ, ਜਾਣ ਵੇਲੇ ਵੀ ਚੰਗੇ ਸੰਸਕਾਰ ਮਿਲਦੇ ਹੈ, ਹਮੇਸ਼ਾ ਗੁਰੂ ਦੇ ਲੜ ਲੱਗ ਕੇ ਹੀ ਮਿਲਦਾ ਸਭ ਕੁਛ। ਬਹੁਤ ਦੁੱਖ ਵੀ ਹੈਗਾ ਸਾਨੂੰ ਕਿ ਸਾਨੂੰ ਵਿਛੋੜਾ ਦੇ ਕੇ ਚਲ ਗਏ ਜਰਨੈਲ ਸਿੰਘ ਜੀ, ਪਰ ਉਹਨਾਂ ਨੇ ਜਿਹੜਾ ਆਪਣਾ ਜੀਵਨ ਵਿੱਚ ਕੰਮ ਕਰਿਆ ਹੈ ਉਹ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਬਹੁਤ ਵੱਡੇ ਕੰਮ ਕਰਿਆ ਹੈ ਆਪਣੀ ਜ਼ਿੰਦਗੀ ਵਿੱਚ। ਮੈਂ ਵੀ ਕੋਈ
कुछ लोगों को मेरे बारे भी पता नहीं होना जीवन बारे। मैं एक बहुत छोटा जे परिवार विचों है, ढाई तीन किले जमीन दी है मेरे को, उन्हां विचों निकलिया है। सिर्फ एक एक काम वास्ते कि इमानदारी की देख, जेड़ा कोई गलत करांगा उसके खिलाफ आवाज उठावांगा। हमेशा उन्हां लोगों नाल लड़ना सीखा है, सारे उन्हां दी जिंदगी तो सीध लो कि आपां चंगे कामां वास्ता लड़ना है। कोई भी समाज विच बुराई काम करा, गलत काम करा, कोई नशे विच, कोई भ्रष्टाचार करा, उसके खिलाफ लड़ना है। यही साडी सच्ची श्रद्धांजलि होगी जरनैल सिंह उन्होंने कि असीं उहदे चाह चलन दे चलना है। मैं हमेशा खुले च भी ऐलान करता रहा है कि मेरे बारे भी थोड़ा किसी पता लग्या कि करप्शन का नाल जुड़िया होया बंदा है, जिथा मर्जी मूँह के जवाब दे दियो, असी जिहड़ा पिछला सिस्टम था उन्हूं सुधारना है, सारा चंगी सेहत लैके आनी है, यही काम करने हैं जिंदगी में। सब कुछ यही नाल जाना है। पैसा दौलत बंदा इत्थे छड्ड जांदा है, कोई लोड़ नहीं पैसे दौलतों की। इमानदारी की देखो वा, चंगे काम करो, थोड़ा सारा समाज पूछता है। इसे तो यह जरनैल सिंह होनी छोटा मोहरा अपनी विछाप रखना छड़ चुके हैं। परमात्मा अगे अरदास करता कि उन्होंने अपने चरणा च निवास रखो। वाहेगुरु जी का खालसा, वाहेगुरु जी की फतह। सिंह जी जिन्हां दे जीवन की कमां की शलाघा हो रही है, पर नाल ही मैनूं इक अफसोस हो रहा है कि एक पासे तां असीं शलाघा कर रहे हैं भी उन्होंने जो अपने जीवन वास्ते कीता असीं उन्हूं सदा लई याद रखांगे, उन्होंने नक्शे कदम से चलांगे। एक पास संगत बिना देख लैन तो उठ रही, हाले तो दो ही बजे ने, तो आप कह रहे हैं भी सारा इलाका जिहड़ा सारी संगत जी सारी उम्र नहीं असीं भुलदे, असीं उन्हां दा परिवार का भी साथ देंगे। एक पास 15 मिनटां पिछे देख लैन तो बिना भी उठ रहे, इस तरह नहीं होना चाहिए। एक शख्स ने इलाके वास्ते इन्ना कुछ किया, सरदा के फुल उन्होंने भेटा हो रहे हैं। तीन तरह के मनुख होंगे ने, राजनीतिक, समाजिक, धार्मिक। कई बंदियां विच एक विच ही तिने क्वालिटियां होंदियां, वो राजनीतिक भी चंगे होंदे ने, समाजिक भी होंदे ने, ते धार्मिक भी होंदे ने। और मैं दावे नाल कह सकदा जो तुसीं शलाघा कीती है, मैं भावें पहली बार आया, थोड़ियां गल्लां सुन के ये मैं कह सकता कि तिने क्वालिटीज जिहड़ियां ने उह सरदार जरनैल सिंह उन्हां विच सन। ते मैं बेनती करूंगा पानी ताणी पियो, देख लैण तो बगैर उठो ना, जां फिर कहो ना भी असीं साथ देंगे पूरा। मैंने हुणे हुणे बाबा जी के बेटे जी ने दस्सिया, कुलदीप सिंह हरा ने, कि उन्हां दे परिवार ने भावें अमेरिका रहिंदी उन्हां दी बेटी ते जमात, लुधियाणे रहिंदे ने एक जमात ते बेटी, वह कहिंदे भी जिस तरह साडे पिता जी ने सेवा निभाई है, असीं विदेश तों आके भी इत्थे आके सेवा करा। उन्हां दी बेटी 4 महीनिया बाद आए, 3 बाद आए, इस तरह ही सेवा। वह तो इन्ना प्रण कर रहे ने, आप हम 10 मिनट जोड़े ने वो बड़ी मुश्किल होया पे बैठना, असं भी 300 किलोमीटर जाना है। रात का दीवान है साढ़ा 9 बजे जलालाबाद, ये थोड़े दर्शनों में आए हैं। मैं बेनती करूँगा देख वरतूगी, बस थोड़ा समा बैठो, मैं बहुता समा नहीं लाना। अंत में देखो साढ़े MLA साहब, तो मैं तो प्रॉपर्टी सुनता अजक बी जो साढ़े पंजाब के MLA इन्नी को प्रॉपर्टी, पर पहला MLA मैं देखिया सुन के हैरान होया भी 2-2.5 किले तो उठ के इलाके वास्ते इन्ना कुछ किया है। अच्छे इलाके की अच्छे इंसानों की निशानी होंगी कि गुरसिखी संभालो, धार्मिक बनो, अच्छे राजनीतिक बनो, अच्छे समाजिक बनो। और इस परिवार में जिथे गुरु ग्रंथ साहब की सब तो वड्डी देन है, उत्थे नाल ही गुरु ग्रंथ साहब के परम सेवक संत बाबा रेशम सिंह जी, उन्होंने भी परिवार को बड़ी देन है। मैं बेनती करूंगा बहुत समा अपनी लाना हूँ, अंत में साढ़े महापुरुष परिवार वास्ते सरदार जरनैल सिंह श्रद्धा के फुल भेटा करेंगे, तो समा उन्होंने है। उस तो बाद जड़ा है देग वरतेगी सारिया सरदार जी का गुरुद्वारा है, नेड़े स्थान है, बहुत इतिहासक, वह भी पहुंचे ने। आओ महापुरुषों को बेनती है कि वह वचन साझे कर। ਹੋਰ ਦੂਰ ਨੇੜੇ ਤੋਂ ਬਜ਼ੁਰਗ ਮਾਣਾ ਬੱਚੇ ਵੀਰ ਭੈਣਾਂ, ਗੁਰੂ ਗ੍ਰੰਥ ਦੀ ਜੋਤ ਬੈਠੀ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਰਨਾ ਕਈ ਕਿਸਮ ਦਾ ਹੈ, ਇੱਕ ਮਰਨਾ ਐਸਾ ਹੈ ਕਿ ਮੰਜੇ 'ਤੇ ਪੈ ਕੇ 2-2, 4-4 ਸਾਲ ਐਸੀਆਂ ਦਵਾਈਆਂ
ऐसे पी के ऐसी मंजे के प्राण निकलते मंजे से प्यार रखना ना अगे निकलना ना पिछे निकलना मंजे से पे तड़पना। एक सरदार जरनैल सिंह की गुरु घर न जुड़ी हुई थी इलाके की सेवा की हुई गौं की सेवा की हुई एक ऐसी मौत आई है एक घड़ी के प्राण त्यागे पर घड़ी च प्राण त्यागदा नहीं कोई घड़ी च प्राण वह त्यागदा है जिदी बाहरी किस्म चंगी है जिदे लेखा उत्तों मटाया है कि आप लिखन आता है ओदे प्राण ऐसे निकलते है कि जेड़ा रात को आके घरे सौंदा घर च बहिंदा परिवार के बच्चे प्राण निकलते है। मैं समझदा कि उसकी एडी चंगी किस्मत है गुरु ग्रंथ जी विच हजूरी दे बैठ बैठ के सेवा सिमरन प्राण ओदे निकलते है जेड़ा गुरु दे नाल पूरा जुड़िया है। कुछ लोगों को कैंसरां है कुछ लोगों को गठिया शूगरां टीवियां है कुछ गोडे मोढ़िया के तरंग है। मैं तकरीबन सारी वड जाना संसार का मैं एक परिवार वेना किन्ना दुखी है क्यों दुखी है एक मौत आती है उस मौत से लखां कट हुंदा है एक किसी पापी की मौत आती है ओदे ते कोई जांदा नहीं मौत मौत का ढंग है संगत जान का रंग ते ढंग है संगत नूं देखना चाहिदा सोचना चाहिदा कुछ घड़ियां लई टाइम कढ के बहना चाहिदा बाणी का सत्कार ते प्यार करना चाहिदा जिन्ना प्यार ते सत्कार हो जाए ओ बाणी पार लाउंदी है। इस जरनैल सिंह दे परिवार की मैं बच्चियां वालों कहना जिस बच्चिया के बच्चे ने अपने मां प्यो की बनाई हुई चीज नसा दिता वो नेक धी के पुत है जिस मां बाप ने अपने प्यो की बनाई हुई थले ला दिता वो मैं कुछ कहना नहीं चाहता इस थान के बैठ के कि बधाना जरूरी है भरा बधा सकते हैं भतीजे बधा सकते हैं भरजाइया बधा सकदियाँ भैन बधा सकदियाँ धियां बधा सकदियाँ रिश्तेदार बधा सकते हैं उस जरनैल सिंह की कमाई की लगा सकते हैं जिसने इसकी कमाई की सोचना मन के थले लिया मैं समझा नुकसान ही नहीं दो मैं तो लोग नहीं कहना चाहता जो खड़ के पर ऐसा नुकसान हम दर्दी के प्यार होब्बत हो कितनी बड़ी गुरु साहब कह के गया ऐसी मरनी जो मरे होर ना मरना होवे पर ऐसा मरना ना होवे जेड़ा मंजे ते पै होए ते सीगे मेरे जान जान ना निकले तरफी जांदा होवे ते प्राण अगे जान प्राण तां तां जांदे ना निकलदे जे किते चंगी कमाई कीती होवे कारू बादशाह होया कारू बादशाह ने धन जोड़िया अरबां खरबां दा माया इकट्ठी कर ली ते जो प्राण निकले ते नरकां च थां नहीं मिलिया नरकां च वापस आया थोड़े समय लिए पुछ के ते की कहिंदा जो मैं जाऊंगा मेरा मुंह नंगा होवे मेरे पैर नंगे होण हथ मेरे पंजे विछाए होण पर यह नहीं कहना कारू चलिया कहना कारू पापी चलिया पापी को बच गया गया खाली चलिया अज कारू नालों घट नहीं संसार विच अज कारू तो वध बैठे आ अज कारू तो घट नहीं बैठे जड़े इन्हें लुटी जाते हैं रात में लुटी जाते हैं गल्लां गुरबाणी दियां करते हैं पर धारा होर ही मारी जाते हैं कहिंदे कुछ है करते कुछ है फरीद ने कि वड्डी गल कही है उठ फरीदा सुत्या झाड़ू दे मसीत रब जागदा पिया तू सुता पिया डाढ़े दे नाल लै प्रीत तुहाडी किहदी धड़ना प्रीत हैगी है इतिहास मारे बाणी पढ़ के देखो इत की कुछ लिखिया जेकर सारा कुछ फरीद की बाणी कबीर की बाणी धन्ने ते रविदास की बाणी प्रहलाद की बाणी किहदी किहदी बाणी नहीं सब की बाणी है गुरु साहब कह के गया गुरु ग्रंथ मान्यो पार कट गुरां दी दे अजे तक मैं संसार सारा गा लिया
ਮੈਨੂੰ ਇੱਕ ਉਹਦੇ ਤੱਕ ਇੱਕ ਵੀ ਸੰਸਾਰ ਦਾ ਰਹਿਬਰ ਨਹੀਂ ਮਿਲਿਆ ਜਿਹਨੇ ਪੰਜੇ ਬਾਣੀਆਂ ਸੁਧੋਨੀ ਆਸਾ ਦੀ ਵਾਰ ਇੱਕ ਵਜੇ ਉੱਠ ਕੇ ਪੜੀ ਹੋਈ ਮੈਂ ਕੈਨੇਡਾ ਅਮਰੀਕਾ ਇੰਗਲੈਂਡ ਚ 5 ਸਾਲ ਗਏ ਆ ਇੱਥੇ ਵੀ ਰੋਜ਼ ਬੋਲਦਾ ਕੀ ਕਹਿ ਮਾਤ ਨੇ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਜੇ ਜ਼ਿੰਦਗੀ ਆ ਗਿਆ ਦੂਜਾ ਸਹਿਬ ਲਾਵੇ ਜਿੱਤ ਗੱਲਾਂ ਬੜੇ ਬੜੇ ਮਿਲਦੇ ਆ ਗੱਲਾਂ ਕੰਨ ਕਨੇਰੀਆਂ ਗੱਲਾਂ ਬਣੀਆਂ ਪਰ ਪੱਲੇ ਨਹੀਂ ਕਿਸੇ ਮੈਂ ਬੇਨਤੀ ਕਰਦਾ ਪਾਣੀ ਨੂੰ ਮੰਨਿਆ ਪਾਣੀ ਨੂੰ ਮੱਥੇ ਟੇਕਦੇ ਆ ਪਰ ਪਾਣੀ ਨੂੰ ਮੰਨਦੇ ਨਹੀਂ ਕੁਝ ਲੋਕ ਮੈਂ ਐਸੇ ਦੇਖਣਾ ਰੋਜ਼ ਮੈਂ ਦਿੱਲੀ ਕੱਲ ਨੂੰ ਮੇਰਾ ਪ੍ਰੋਗਰਾਮ ਹੈ ਸੁਬਹਾ 9 ਵਜੇ ਕਈ ਐਸੇ ਲੋਕ ਅੱਜ ਗੁਰਬਾਣੀ ਦੇ ਸ਼ਰਾਬ ਪੀ ਕੇ ਪੜ੍ਹਦੇ ਫੜਕੇ ਆ ਮੈਂ ਕਈ ਲੋਕ ਪੋਸਟ ਪੀ ਕੇ ਪੜ੍ਹਦੇ ਆ ਕੋਈ ਲੋਕ ਬੀੜਾ ਲਾ ਕੇ ਪੜ੍ਹਦੇ ਆ ਕੋਈ ਲੋਕ ਸਿਰਦਰ ਪੀ ਕੇ ਪੜ੍ਹਦੇ ਆ ਉਹ ਹੈ ਕੌਣ ਬੜਾ ਰਾਤ ਨੂੰ ਸ਼ਰਾਬ ਪੀ ਲਈ ਰਾਤੋਂ ਪੀ ਲਈ ਨਹਾ ਕੇ ਤੜਕੇ ਉੜ ਕੇ ਮੈਂ ਕੱਢ ਕੇ ਜਾਣਾ ਮੈਂ ਸੱਚ ਕਹਿੰਦਾ ਬਾਹਰ ਉਹਦੇ ਵਿੱਚੋਂ ਕਹਿੰਦਾ ਰਾਤੀ ਪੀਤੀਆਂ ਖਾਧੀਆਂ ਸਾਬਣ ਲਾ ਕੇ ਆਇਆ ਤੜਕੇ ਮੱਥਾ ਟੇਕਣ ਆਇਆ ਉਹ ਦੁਸ਼ਟ ਨੂੰ ਮੋੜੋ ਦੁਸ਼ਟ ਨੇ ਪਾਪ ਕਮਾਇਆ ਦੁਸ਼ਟ ਗਿਆ ਕਰਨਾ ਕੁਸਰ ਕਰਵਾਉਣਾ ਕੁਸਰ ਗੁਰੂ ਕਾਂਗੀ ਭਾਰ ਨੇ ਜਦੋਂ ਫਿਰੋਜ਼ਪੁਰ ਦੇ ਕੋਲ ਗਵਾਜੀ ਪਸੰਦ ਪੈ ਜਾਣੀ ਘੋੜਾ ਲੱਗੇ ਪਹੁੰਚਿਆ ਉਸ ਇਲਾਕੇ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਘੋੜਾ ਇੱਕ ਤੰਬਾਕੂ ਦੀ ਵੜ ਤੇ ਖੜ ਗਿਆ ਤੰਬਾਕੂ ਬੇਸ਼ੁਮਾਰ ਸੀ ਵੱਟ ਦੇ ਖੜ ਗਿਆ ਗੁਰੂ ਸਾਹਿਬ ਨੇ ਪੁੱਛਿਆ ਘੋੜਿਆ ਹਰ ਜਾਨਵਰ ਬੋਲਦਾ ਹਰ ਜਾਨਵਰ ਗੱਲਾਂ ਕਰਦਾ ਕਾਕਾ ਉਹਨਾਂ ਨਾਲ ਕਿੰਨਾਂ ਦੀਆਂ ਰੱਤ ਨਾਲ ਲੱਗੀਆਂ ਜਿੰਦਗੀ ਕਾਹਦੀ ਕਰਨੀ ਪੁੱਛਿਆ ਘੋੜਿਆ ਨੂੰ ਖੜ ਕਿਉਂ ਗਿਆ ਕਹਿੰਦਾ ਜੀ ਮੈਂ ਤਾਂ ਖੜ ਗਿਆ ਅੱਗੇ ਤੰਬਾਕੂ ਬੀਜ ਗਿਆ ਘੋੜਾ ਵਾਪਸ ਮੁੜ ਕੇ ਕਾਂਗੀ ਧਾਰ 10-12 ਮੀਲ ਦਾ ਪੈਂਡਾ ਫਲ ਪਾ ਗਏ ਤੇ ਆ ਕੇ ਉੱਥੇ ਚਿੱਤਰ ਦੀ ਮੁਕਤੀ ਕੀਤੀ ਆ ਜਿੱਥੇ ਵਜੀਦਪੁਰ ਲੱਗਦਾ ਮੇਲਾ ਹਰ ਸਾਲ ਤੋਂ ਤੇ ਅੱਜ ਸਾਡੇ ਨਾਲ ਰੋਜ਼ ਵੇਣਾ ਤੰਬਾਕੂ ਰੋਜ਼ ਹੀ ਖਾਂਦੇ ਆ ਤੰਬਾਕੂ ਦੀ ਵਰਤੋਂ ਸ਼ਰਾਬ ਦੀ ਵਰਤੋਂ ਨਸ਼ੇ ਦੀ ਵਰਤੋਂ ਚੁਗਲੀ ਦੇ ਨਿੰਦਿਆ ਦੀ ਵਰਤੋਂ ਮੈਂ ਬੇਨਤੀ ਕਰਦਾ ਕਿ ਐਸਾ ਨਾ ਮਰਨਾ ਹੋਵੇ ਜਿਹੜਾ ਮੰਜੇ ਤੇ ਪਏ ਪਰਾਂ ਨਾ ਨਿਕਲ ਅੱਜ ਕੁਝ ਲੋਕਾਂ ਨੂੰ ਸ਼ੂਗਰ ਗਠੀਆ ਕੈਂਸਰ ਟੀਬੀ ਐਸੀਆਂ ਬਿਮਾਰੀਆਂ ਹੈ ਜਿਨ੍ਹਾਂ ਦਾ ਇਲਾਜ ਨਹੀਂ ਹੋ ਰਿਹਾ ਅੱਜ ਹੋਰ ਵੀ ਆਈ ਜਾਂਦੀਆਂ ਪਰ ਜੇਕਰ ਗਾਣੀ ਪੜ੍ਹੇ ਅੰਮ੍ਰਿਤ ਵੇਲੇ ਤੇਰਾ ਨਿਤਨੇਮ ਨਾ ਜਾਵੇ ਤੇਰਾ ਨਿਤਨੇਮ ਨਾ ਜਾਵੇ ਤੇਰਾ ਅੰਮ੍ਰਿਤ ਵੇਲੇ ਨਾ ਜਾਵੇ ਤੇ ਤੇਰਾ ਸੱਚ ਹੋਵੇ ਝੂਠ ਨਾ ਹੋਵੇ ਤੇ ਤਰ ਜਾਏਗਾ ਜਾ ਰਾਜੇ ਜੰਗ ਦੇ ਸੂਰੀਏ ਨੇ ਇੱਕੋ ਝੂਠ ਮਾਰਿਆ ਸੀ ਤੇ ਮੱਛੀ ਦੀ ਜੂਨ ਪਿਆ ਤੇ ਬਾਬਾ ਨੰਗ ਤਾਰ ਕੇ ਆਇਆ ਸੀਗਾ ਬਾਬਾ ਨੂੰ ਤੇ ਮੈਂ ਬੇਨਤੀ ਕਰਦਾ ਸਰਦਾਰ ਜਨੈਲ ਸਿੰਘ ਦਾ ਜੋ ਮਰਨਾ ਹੋਇਆ ਮਰਨਾ ਸਭ ਨੇ ਆ ਇਹ ਨਹੀਂ ਕਿਸੇ ਮਰਨਾ ਕਿਸੇ ਨੇ ਜ਼ਿਆਦਾ ਭੋਗਣੀ ਕਿਸੇ ਨੇ ਥੋੜ੍ਹੀ ਅੱਜ ਮੈਂ ਇਹ ਵੇਖਣਾ ਅੱਜ ਪਿੰਡਾਂ ਤੇ ਸ਼ਹਿਰਾਂ ਵਿੱਚ ਨੌਜਵਾਨਾਂ ਦੀਆਂ ਮੌਤਾਂ ਬਾਹਲੀਆਂ ਹੋ ਗਈਆਂ ਬੇਸ਼ੁਮਾਰ ਦੀਆਂ ਇਕੱਲੇ ਇਕੱਲੇ ਪੁੱਤ ਮਾਵਾਂ ਦੀ ਘਰਾਂ ਤੇ ਮੁਸ਼ਕਲਾਂ ਕਿਉਂ ਹੋ ਰਹੀਆਂ ਪਰ ਸਾਡਾ ਬਾਣੀ ਨਾਲ ਮਾਣੀ ਹੈ ਮਾਣੀ ਕਦੇ ਕੌਮਾਂ ਨੀ ਮਾੜੀਆਂ ਹੁੰਦੀਆਂ ਕਦੇ ਧਰਮ ਨੀ ਮਾੜਾ ਹੁੰਦਾ 9 ਗੁਰਦੁਆਰੇ 83 ਸਿੰਗਰੂ ਬੇਗ ਨੇ ਦਿੱਲੀ ਦੇ ਬਣਾਇਆ ਮੁਸਲਮਾਨਾਂ ਦੀ ਕੁੜੀ ਨੇ ਇੱਥੇ ਗੁਰਦੁਆਰਾ ਮਕਾਲ ਕੁੜੀ ਦਾ ਕੌਣ ਮਾੜਾ ਕਹਿੰਦਾ ਜੇ ਸਤਿਕਾਰ ਕੀਤਾ ਤੇ ਟੋਡਰ ਮੱਲ ਦੇ ਘਰ ਨੇ ਕੀਤਾ ਬੱਚਿਆਂ ਕੌਣ ਦਾ ਜੇ ਨੀਂ ਰੱਖੀ ਆ ਤੇ ਹਰਿਮੰਦਰ ਦੀ ਮੀਆਂ ਮੀਨ ਨੇ ਰੱਖੀ ਆ ਤੇ 499 ਫੌਜ ਦੇ ਬੰਦੇ ਵਾਰ ਕੇ ਨਾ ਬੁੱਧੂ ਸ਼ਾਹ ਨੇ ਜੰਗ ਵਿੱਚ ਜੋ ਵਾਰ ਤੇ ਪਤਾ ਲੱਗਾ ਕਾਂਗੀ ਧਾਰ ਨੂੰ ਵੀ ਬੁੱਧੂ ਸ਼ਾਹ ਨੇ 4 ਪੁੱਤਰ ਭੂਰੇ ਸ਼ਾਹ ਭਾਈ 2 ਜਵਾਈ ਜੰਗ ਚ ਵਾਰੇ ਆ ਤੇ ਆ ਕੇ ਕਿਹਾ ਬੁੱਧੂ ਸ਼ਾਹ ਮੰਗਲਾ ਕੀ ਮੰਗਦਾ ਕਹਿੰਦਾ ਜੀ ਕੁਛ ਨੀ ਚਾਹੀਦਾ ਉਹ ਦੂਜਾ ਬਚਨ ਨਾ ਬੋਲੀ ਕਹਿੰਦਾ ਜੀ ਕੁਛ ਨੀ ਚਾਹੀਦਾ ਕਹਿੰਦਾ ਤੀਜਾ ਨਾ ਬੋਲੀ ਕਹਿੰਦਾ ਜੇ ਮਨ ਦਿਆਲੂ ਹੋਇਆ ਜਦੋਂ ਮੇਰੇ ਤੇ ਮਿਹਰਬਾਨ ਹੋਇਆ ਕੰਗਾ ਤੇ ਕੰਗੇ ਦੇ ਵਾਹ ਹੋਏ ਵਾਲ ਦੇ ਦੇ ਹੋਰ ਮੈਨੂੰ ਕੁਛ ਚਾਹੀਦਾ ਹੀ ਨਹੀਂ ਗਾ ਅੱਜ ਬੁੱਧੂ ਸ਼ਾਹ ਦਾ ਪਰਿਵਾਰ ਵਾਲਾਂ ਨੂੰ ਪੂਜੀ ਜਾਂਦਾ ਸ੍ਰੀਨਗਰ ਦੇ ਵਿੱਚ ਮੰਗਦੇ ਵਾਲਾਂ ਨੂੰ ਮੁਸਲਮਾਨ ਪੂਜਦੇ ਆ ਮੈਂ ਇੱਥੇ ਕਹਾਣੀ ਕਹਿਣਾ ਚਾਹੁੰਦਾ
ਤੁਸੀਂ ਆਪ ਤੇ ਸਿਆਣੇ ਮਤੀ ਬੋਲੋ ਅਗਲੀ ਗੱਲ ਤਾਂ ਚਲੋ ਇੱਥੇ ਨਹੀਂ ਅਸੀਂ ਬੋਲਣਾ ਪਰ ਮੈਂ ਬੇਨਤੀ ਕਰਦਾ ਜੇ ਬਾਣੀ ਪੜੋਗੇ ਬਾਣੀ ਤੇ ਅਮਲ ਕਰੋਗੇ ਬਿਮਾਰੀ ਨਹੀਂ ਆਊਗੀ ਮੌਤ ਵੀ ਐਸੀ ਆਈ ਜਨੈਲ ਸਿੰਘ ਨੂੰ ਠੀਕ ਹੈ ਹੋਰ ਦਸਾਂ ਚ ਆਉਣ ਦਾ ਬੱਚਿਆਂ ਨੂੰ ਲੋੜ ਹੈ ਸਾਨੂੰ ਵੀ ਲੋੜ ਹੈ ਬੜੀ ਘਾਟ ਹੈ ਪਰ ਅੱਗੇ ਗੁਰੂ ਕਾ ਲੰਗਰ ਛਕ ਕੇ ਜਾਣ ਜੀ।